वेलकम टू द शो। मैं हां ਤੁਹਾਡਾ ਮੇਜ਼ਬਾਨ ਡਾਕਟਰ ਮਲਿਕ। ਇਸ ਸ਼ੋਅ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਹੈ ਅਕਾਲ ਚੈਨਲ ਤੇ ਹਰ ਸੈਟਰਡੇ ਦੀ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ। ਇਸ ਸ਼ੋਅ ਦੇ ਵਿੱਚ ਮੈਂ ਤੁਹਾਡੀ ਲਾਈਵ ਕਾਲਸ ਲਿਆਂਗਾ। ਅਗਰ ਤੁਹਾਡਾ ਕੋਈ ਮਸਲਾ ਹੈ ਜਾਂ ਤੁਹਾਡੀ ਕੋਈ ਪ੍ਰੋਬਲਮ ਹੈ ਜਿਹੜੀ ਕਿ ਇਮੀਗ੍ਰੇਸ਼ਨ ਤੋਂ ਹੈ, ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਫੋਨ ਕਰਕੇ ਸਾਡੇ ਤੋਂ ਲਾਈਵ ਐਡਵਾਈਸ ਲੈ ਸਕਦੇ ਹੋ। ਤਾਂ ਸਾਡਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਸਕਰੀਨ ਤੇ ਹੁਣ ਨਜ਼ਰ ਆ ਰਿਹਾ ਹੈ। ਇਸ ਨੰਬਰ ਤੇ ਤੁਸੀਂ ਰਿੰਗ ਕਰ ਸਕਦੇ ਹੋ ਤੇ ਜਦੋਂ ਤੁਹਾਡੀ ਕਾਲ ਮਿਲ ਜਾਏ ਤਦੋਂ ਤੁਹਾਨੂੰ ਟੀਵੀ ਦੀ ਆਵਾਜ਼ ਥੋੜੀ ਜਿਹੀ ਘੱਟ ਕਰਨੀ ਪਏਗੀ। ਕਾਫੀ ਸਾਰੇ ਜਿਹੜੇ ਕਾਲਰਸ ਨੇ ਉਹ ਲਾਈਨਸ ਤੇ ਉੱਪਰ ਨੇ, ਵੇਖਦੇ ਅੱਜ ਦੇ ਪਹਿਲੇ ਕਾਲਰ ਕੌਣ ਨੇ। ਜੀ ਹੈਲੋ। ਜੀ ਹੈਲੋ ਜੀ, ਤੁਸੀਂ ਗੱਲ ਕਰੋ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਨੂੰ ਇਹ ਪਤਾ ਕਰਨਾ ਹੈ, मुझे आई एल आर अप्लाई करना है सेटलमेंट एम के थ्रू। अभी तक मेरे हस्बैंड बेनिफिट्स ले रहे थे, लेकिन इस मंथ ही मेरे हस्बैंड की फुल टाइम जॉब लग गई है दोबारा से, तो अब 4 महीने बाद ही मेरा आई एल आर ड्यू है। तो उसमें कोई प्रॉब्लम तो नहीं होगी, क्योंकि 3 महीने की बैंक स्टेटमेंट दिखानी होती है आई एल आर के लिए। मेरे हस्बैंड ऑलरेडी ब्रिटिश है। जी, तो ये पता जी आपकी कॉल का शुक्रिया। अगर तो उनको पता चल गया कि शुरू में तो आपके हस्बैंड ने एस्टैब्लिश किया, कोई गवर्नमेंट से कोई मदद लिए बगैर आपको यहाँ अफोर्ड कर सकते थे, लेकिन जब आप यहाँ आ गई तो उस वक्त बेनिफिट शुरू कर दिया। जब फिर वीजा फिर लेना का टाइम आया उस वक्त आपने फिर काम शुरू कर दिया। अगर तो इमिग्रेशन वालों ने चेक कर लिया तो आपकी एप्लीकेशन रिफ्यूज कर सकते हैं। तो आगे फिर इमिग्रेशन की मर्जी, तो बहरहाल आप एप्लीकेशन कर सकती है। कॉल का शुक्रिया। देखते हैं साढ़े अगले कॉलर कौन है। जी हेलो ਸਸੀ ਭਾਜੀ, ਮੈਂ ਅਮਰਜੀਤ ਬੋਲਦਾ ਸੋਸਾਲ ਤੋਂ। ਜੀ ਅਮਰਜੀਤ ਜੀ, ਮੇਰਾ ਭਾਈ ਸਵਾਲ ਤੁਹਾਨੂੰ ਆ ਕਿ ਮਤਲਬ ਜਿੱਦਾਂ ਨਾ ਮੈਂ ਇੱਥੇ ਸਟੂਡੈਂਟ ਬੇਸ ਤੇ ਆਇਆ ਸੀ, ਮੇਰੀ ਵਾਈਫ ਸਟੂਡੈਂਟ ਸੀ, ਮੈਂ ਉਹਦਾ ਡਿਪੈਂਡੈਂਟ ਸੀਗਾ, ਤੇ ਸਾਡਾ ਜਿਹੜਾ ਵੀਜ਼ਾ ਸੀ ਉਹ ਖਤਮ ਹੋ ਗਿਆ ਸੀ, ਤੇ ਅਸੀਂ ਉਹ ਤੋਂ ਬਾਅਦ ਚ ਹੋਮ ਰੈਂਟ ਦਾ ਕੇਸ ਲਾਇਆ ਸੀਗਾ, ਉਹ ਵੀ ਸਾਡਾ ਰਿਫਿਊਜ ਹੋ ਗਿਆ। ਜਿੱਦਾਂ ਯਾਨੀ ਕਿ ਮੇਰਾ ਪੈਸੇ ਦਾ ਖਰਚਾ ਬਹੁਤ ਹੋ ਗਿਆ। ਅੱਗੇ ਮੇਰੇ ਕੋਲ ਉਹਨਾਂ ਸਾਡਾ ਵਕੀਲ ਸੀ, ਉਹ ਜਿਹੜਾ ਉਹ ਕਹਿੰਦਾ ਵੀ ਤੁਸੀਂ ਕੋਰਟ ਦੇ ਵਿੱਚ ਲੈ ਜਾਓ ਕੇਸ ਨੂੰ, ਪਰ ਮੇਰੇ ਤੋਂ ਪੈਸੇ ਨਾ ਵਜਾਉਣ ਦੀ ਕਰਾਂ ਮੈਂ ਅੱਗੇ ਕੇਸ ਕਰਨੀ ਕੁਛ ਛੜਿਆ। ਤੇ ਜਿੱਦਾਂ ਮੈਂ ਹੁਣ ਮੇਰੀ ਬੱਚੀ ਵੀ 4.5 ਸਾਲ ਦੀ ਹੋ ਗਈ ਆ, ਤੇ ਜੇ ਮੈਂ ਹੁਣ ਅੱਗੇ ਕੇਸ ਨਹੀਂ ਵੀ ਕਰਦਾ, ਜੇ ਮੈਂ ਚਾਹਾਂ 7 ਸਾਲ ਦੇ ਵਿੱਚ ਕੋ ਕਰਾਂ, ਤੇ ਮੈਨੂੰ ਕੋਈ ਪ੍ਰੋਬਲਮ ਪੈ ਸਕਦੀ ਹੈ ਜਾਂ ਕਿੱਦਾਂ ਪੈ ਸਕਦੀ ਕਿ ਨਹੀਂ? ਮੈਂ ਕਿਉਂ ਪੈਸੇ ਵਜਾ ਨਾ, ਹੁਣ ਮੈਂ ਉਦੋਂ ਕੰਮ ਕਰਨਾ ਚਾਹੁੰਦਾ ਜਦੋਂ ਮੇਰਾ ਕੰਮ ਕੰਪਲੀਟ ਹੋ ਜਾਵੇ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਪਹਿਲੀ ਗੱਲ ਇਹ ਕਿ ਜਿਹੜਾ ਬੰਦਾ ਇੱਥੇ ਬੱਚੇ ਦੇ ਨਾਲ 7 ਸਾਲ ਪੂਰੇ ਕਰ ਲੈ ਲੀਗਲ ਜਾਂ ਇਲੀਗਲ ਤਰੀਕੇ ਨਾਲ, ਅਗਰ ਉਸ ਇੱਥੇ 7 ਸਾਲ ਪੂਰੇ ਕੀਤੇ ਤੋ ਐਪਲੀਕੇਸ਼ਨ ਕਰ ਸਕਦਾ ਬੱਚੇ ਨੀ ਬੇਸ ਤੇ। ਤਾਂ ਤੁਸੀਂ ਵੀ ਅਗਰ 7 ਸਾਲ ਇੱਥੇ ਪੂਰੇ ਕਰ ਲਿਓ ਬੱਚੇ ਦੇ ਨਾਲ, ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ। ਲੇਕਿਨ ਜ਼ਿਆਦਾ ਬਿਹਤਰ ਹੈ ਕਿ ਹਮੇਸ਼ਾ ਲੀਗਲ ਤਰੀਕੇ ਨਾਲ ਰਹਿਣਾ ਚਾਹੀਦਾ, ਤਾਂ ਚੰਗੀ ਗੱਲ ਹੈ। ਦੂਸਰੀ ਗੱਲ ਇਹ ਕਿ ਅਗਰ ਤੁਹਾਡਾ ਕੇਸ ਹੋਇਆ ਸੀ ਤੇ ਜਿਹੜਾ ਰਿਫਿਊਜ਼ ਹੋ ਗਿਆ ਸੀ, ਹੁਣ ਤੁਸੀਂ ਅਗਰ ਅੱਗੇ ਨਹੀਂ ਚਲਾਇਆ ਫਿਰ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਉਸ ਐਡਰੈਸ ਤੇ ਲੱਭਣਾ ਸ਼ੁਰੂ ਕਰ ਦੇਣਗੇ। ਤਾਂ ਜ਼ਿਆਦਾ ਬਿਹਤਰ ਹੈ ਕਿਸੇ ਵਕੀਲ ਨਾਲ ਵੀ ਮਸ਼ਵਰਾ ਕਰ ਲਿਓ। ਲੇਕਿਨ ਜਿਹੜੇ ਬੰਦੇ 7 ਸਾਲ ਦੀ ਬੁਨਿਆਦ ਤੇ ਅਪਲਾਈ ਕਰਦੇ ਨੇ, ਉਹਨੇ ਐਸੇ ਜ਼ਰੂਰੀ ਨਹੀਂ ਹੈ ਕਿ ਉਹ ਲੀਗਲ ਰਹੇ ਹੋਣ ਜਾਂ ਇਲੀਗਲ ਰਹੇ ਹੋਣ। ਜਿਸ ਤਰ੍ਹਾਂ ਕਿਸੇ ਤਰੀਕੇ ਨਾਲ ਵੀ ਅਗਰ ਕੋਈ ਬੰਦਾ ਬੱਚੇ ਦੇ ਨਾਲ 7 ਸਾਲ ਪੂਰੇ ਕਰ ਲੈ, ਉਸਨੂੰ ਇੱਥੇ ਸਟੇ ਲੱਭ ਜਾਂਦਾ ਹੈ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ। ਜੀ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਅਕਾਲ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀਗਾ, ਜਿੱਦਾਂ ਸਾਡਾ 14 ਸਾਲਾਂ ਤੇ 7 ਸਾਲਾਂ ਦਾ ਕੇਸ ਸੀਗਾ, ਤੇ ਉਹਨਾਂ ਨੇ ਸਾਨੂੰ ਕੋਰਟ ਚ ਰਿਫਿਊਜ਼ ਕਰਤਾ ਸੀ। ਅਸੀਂ ਅਪਰ ਟ੍ਰਿਬਲ ਚ ਪਾਇਆ ਸੀ ਹਨਾ, ਤੇ ਅਪਰ ਟ੍ਰਿਬਲ ਚ ਪਾਇਆ, ਉਹ ਕਹਿੰਦੇ ਜਿੱਦਾਂ ਸਾਡੀ ਗਰਾਊਂਡ ਅਸੀਂ ਮੰਨਦੇ ਹਾਂ ਜਿੱਦਾਂ ਹਨਾ, ਤੇ ਗਾਹ ਸਟੈਪ ਕੀ ਹੋਊਗਾ ਤੁਸੀਂ ਦੱਸ ਸਕਦੇ ਹੋ, ਗੁੱਡੇ ਹੋ ਜਾਂ ਕਿੱਦਾਂ ਹਨਾ? ਸਾਡੇ ਕੇਸ ਦਾ ਕੀ ਫੈਸਲਾ ਹੋਇਆ ਸੀ ਫਸਟ ਟ੍ਰਾਈਬਿਊਨਲ ਤੋਂ ਜਾਂ ਅਪਰ ਟ੍ਰਾਈਬਿਊਨਲ ਤੋਂ? ਅਪਰ ਟ੍ਰਿਬਿਊਨਲ ਦੇ ਵਿੱਚੋਂ ਤੁਸੀਂ ਕੇਸ ਜਿੱਤ ਲਿਆ ਤੇ ਫਿਰ ਇਸਦਾ ਮਤਲਬ ਹੈ ਕਿ ਤੁਹਾਨੂੰ ਇਮੀਗ੍ਰੇਸ਼ਨ ਵਾਲੇ ਸਟੇ ਦੇ ਦੇਣਗੇ, ਤੇ ਫਿਰ ਇਸੀ ਦੇਰ ਨਹੀਂ ਲੱਗਣੀ ਚਾਹੀਦੀ। ਆਮ ਤੌਰ ਪਰ 3-1 ਮਹੀਨਾ ਤੁਹਾਡਾ ਸਟੇ ਲੱਗ ਕੇ ਆ ਜਾਣਾ ਚਾਹੀਦਾ। ਤੇ ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ। ਜੀ ਹੈਲੋ। ਹੈਲੋ ਜੀ। ਹੈਲੋ ਜੀ, ਤੁਸੀਂ ਗੱਲ ਕਰੋ ਜੀ। ਹੈਲੋ, I like to ask a question to Mr. Malik. Yes, please go ahead. Can I just have a quick question with you regarding my I've got it through the court on 7-year child policy. Mm-hmm. And I just don't know now what's the next procedure. How long do I need to wait, or do I need to write them a letter, or what? So do I need to have do? You already appealed? I've already appealed. I went to the first child tribunal. Mm-hmm. I've got my appeal allowed. They wanted to take it further, but they didn't get the permission. So, okay. And it's
it's been like 5 weeks now. Okay, thank you for your call. I got your case. Basically, you applied and your application was refused and you went to the first tribunal. You won the case and the Home Office went to the upper tribunal, but still you won the case. So, normally it takes around 3 months time to get a decision from the Home Office. Decision means they should basically give you leave to remain here. So, it takes around 3 months time. So, if 5 weeks been passed, so it means you have to wait 5-6 weeks more and then after then you can start chasing them. Thank you for the call. ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ ਹੈਲੋ ਭਾਜੀ ਹੈਲੋ ਭਾਜੀ ਹਾਂਜੀ ਹਾਂਜੀ ਭਾਜੀ ਕੀ ਹਾਲ ਚਾਲ ਭਾਜੀ ਠੀਕ ਹੈ ਭਾਜੀ ਪਹਿਲਾਂ ਮੈਨੂੰ 3 ਸਾਲ ਦਾ ਮਿਲਿਆ ਫਿਰ ਬਾਅਦ 3 ਸਾਲ ਜਿਹੜੀ ਮੇਰੀ ਬੇਟੀ ਨੂੰ ਨਾਲ ਮਿਲਿਆ ਤੇ ਮੇਰੀ ਬੇਟੀ ਜਿਹੜੀ ਆ ਹੁਣ 18 ਸਾਲ ਤੋਂ ਉੱਪਰ ਹੋ ਗਈ ਆ ਤੇ ਉਹਨੂੰ ਵੱਖਰਾ ਅਪਲਾਈ ਕਰਨਾ ਪਊਗਾ ਜਾਂ ਸਾਡੇ ਨਾਲ ਹੀ ਕਰਨਾ ਪਊਗਾ ਜੀ ਤੁਹਾਡੇ ਵੀਜ਼ੇ ਇੱਕੇ ਟਾਈਮ ਵਿੱਚ ਖਤਮ ਹੋ ਰਹੇ ਨੇ ਕਿ ਅੱਗੇ ਪਿੱਛੇ ਖਤਮ ਹੋ ਰਹੇ ਨੇ ਨਹੀਂ ਇੱਕੋ ਟਾਈਮ ਸਾਨੂੰ ਸਾਰੀ ਫੈਮਿਲੀ ਨੂੰ ਮਿਲੀ ਸੀ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਉਹ ਇੱਕੇ ਟਾਈਮ ਤੋਂ ਤੁਹਾਨੂੰ ਐਪਲੀਕੇਸ਼ਨ ਪਾਣੀ ਪਏਗੀ ਲੇਕਿਨ ਜਿਹੜੀ ਬੱਚੀ ਤੁਹਾਡੀ 18 ਤੋਂ ਜ਼ਿਆਦਾ ਹੋ ਗਈ ਹੈ ਉਸ ਵਾਸਤੇ ਤੁਹਾਨੂੰ ਨਿਊ ਐਪਲੀਕੇਸ਼ਨ ਫਾਰਮ ਕੰਪਲੀਟ ਕਰਨਾ ਪਏਗਾ ਜਿਹੜਾ ਬਾਕੀ ਜਿਹੜੇ 18 ਸਾਲ ਤੋਂ ਘੱਟ ਨੇ ਤੁਸੀਂ ਵਾਸਤੇ ਇੱਕ ਫਾਰਮ ਯੂਜ਼ ਕਰਨਾ ਪਏਗਾ ਲੇਕਿਨ ਜਿਹੜੀ ਬੱਚੀ 18 ਤੋਂ ਜ਼ਿਆਦਾ ਹੋ ਗਈ ਉਸ ਤੇ ਵਾਸਤੇ ਨਿਊ ਐਪਲੀਕੇਸ਼ਨ ਫਾਰਮ ਕਰਨਾ ਪਏਗਾ ਲੇਕਿਨ ਫੀ ਦੇ ਵਿੱਚ ਕੋਈ ਫਰਕ ਨਹੀਂ ਉਹ 601 ਪਾਉਂਡ ਹਰ ਬੰਦੇ ਕੋਲੋਂ ਫੀ ਲੈਣ ਉਹ 18 ਤੋਂ ਘੱਟ ਹੈ ਜਾਂ 18 ਤੋਂ ਜ਼ਿਆਦਾ ਹੈ ਜਾਂ 2 ਮਹੀਨੇ ਦਾ ਹੈ ਜਾਂ 10 ਸਾਲ ਦਾ ਉਹ 1% ਹੈ ਤੁਹਾਨੂੰ ਪੇ ਕਰਨੀ ਪਏਗੀ ਲੇਕਿਨ ਤੁਹਾਨੂੰ ਜਿਹੜੇ ਫਾਰਮ ਹਨ ਉਹ 2 ਕੰਪਲੀਟ ਕਰਨਾ ਪੈਣਗੇ ਤੁਹਾਡੀ ਕਾਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਹੈਲੋ ਵੀਰੇ ਜੀ ਉਹ ਤੁਹਾਡੀ ਵੀਰੇ ਕਾਲ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ 2005 ਚ ਆਇਆ ਸੀਗਾ ਠੀਕ ਹੈ ਤੇ ਮੇਰੇ ਕੋਲ ਪ੍ਰੂਫ ਵੀ ਹੈਗਾ ਮੈਂ 2005 ਦਾ ਤੇ ਮੈਨੂੰ ਪਲੀਜ਼ ਮੇਰੀ ਕੋਈ ਹੈਲਪ ਕਰ ਸਕਦੇ ਤੁਸੀਂ ਤਾਂ ਤੁਸੀਂ ਕੋਈ ਕੇਸ ਅਪਲਾਈ ਕੀਤਾ ਸੀ ਜਾਂ ਨਹੀਂ ਅਪਲਾਈ ਕੀਤਾ ਸੀ ਮੈਂ ਭਾਜੀ ਕੇਸ ਕੀਤਾ ਗਿਆ ਹੈਗਾ ਵਕੀਲ ਕੋਲ ਤੇ ਉਹਨਾਂ ਕਿਹਾ ਮੇਰੇ ਤੁਹਾਡਾ ਜੇ ਕੋਈ ਸੰਬੰਧ ਤਾਂ ਨਹੀਂ ਤੁਸੀਂ ਕੇਸ ਕਦੋਂ ਕੀਤਾ ਸੀ ਮੈਨੂੰ 3 ਸਾਲ ਪਿੱਛੇ ਹੋ ਚੱਲਿਆ ਠੀਕ ਤੁਹਾਡੀ ਕਾਲ ਦਾ ਸ਼ੁਕਰੀਆ ਅਸਲ ਦੇ ਵਿੱਚ ਜਿੰਨੇ ਲੋਕਾਂ ਮਾਰਚ 7 ਤੋਂ ਪਹਿਲੇ ਪਹਿਲੇ ਯਾਨੀ ਤੀਸਰੇ ਮਹੀਨੇ ਮਾਰਚ 2007 ਤੋਂ ਪਹਿਲੇ ਪਹਿਲੇ ਜਿੰਨੇ ਕੇਸ ਪਾਏ ਸਨ ਉਹਨਾਂ ਨੂੰ ਤੋਂ ਇੱਥੇ ਕਾਫੀ ਸਾਰੇ ਲੋਕਾਂ ਨੂੰ ਸਟੇ ਹੋ ਗਿਆ ਅਗਰ ਤੁਸੀਂ 2005 ਚ ਆਏ ਸੋ ਤਾਂ ਅਗਰ 7 ਤੋਂ ਪਹਿਲੇ ਕੋਈ ਕੇਸ ਪਾਇਆ ਸੀ ਫਿਰ ਤਾਂ ਤੁਹਾਨੂੰ ਸਟੇ ਹੋ ਜਾਣਾ ਚਾਹੀਦਾ ਸੀ ਲੇਕਿਨ ਹੁਣ ਵੀ ਤੁਹਾਨੂੰ ਇੱਥੇ 10 ਸਾਲ ਹੋ ਚੁੱਕੇ ਹਨ ਤੁਸੀਂ ਹਿਊਮਨ ਰਾਈਟਸ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਅਗਰ ਕੇਸ ਨਹੀਂ ਪਾਇਆ ਤਾਂ ਹੁਣ ਵੀ ਤੁਸੀਂ ਹਿਊਮਨ ਰਾਈਟਸ ਦਾ ਕੇਸ ਪਾ ਕੇ ਆਪਣਾ ਕੇਸ ਫਾਈਟ ਕਰ ਸਕਦੇ ਹੋ ਤੁਹਾਡੀ ਕਾਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਹੈਲੋ ਜੀ ਹਾਂਜੀ ਮਲਿਕ ਸਾਹਿਬ ਜੀ ਸਾਡਾ ਪਹਿਲਾ ਕੁਐਸਚਨ ਇਹ ਹੈ ਕਿ ਇਸ 2 ਮਾਰਚ ਨੂੰ ਕੋਈ ਰੂਲ ਚੇਂਜ ਹੋਇਆ ਜੇ ਯੂਰਪੀਅਨ ਨਾਲ ਵਿਆਹ ਕਰਨਾ ਹੋਵੇ ਤੇ ਦੂਜਾ ਕੁਐਸਚਨ ਇਹ ਹੈਗਾ ਆ ਕਿ ਸਿਵਲ ਪਾਰਟਨਰ ਦੇ ਪੇਪਰ ਆ ਜਿਹੜੇ ਹੋਮ ਆਫਿਸ ਨੂੰ ਭੇਜ ਦਿੱਤੇ ਆ ਯੂਰਪੀਅਨ ਵਾਲੇ ਯੂਰਪੀਅਨ ਦੇ ਨਾਲ ਵਿਆਹ ਕਰਨ ਲਈ ਤੇ ਉਹਦਾ ਕਿੰਨੇ ਕੁ ਚਿਰ ਵਿੱਚ ਉਹ ਜਵਾਬ ਦੇ ਦਿੰਦੇ ਆ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਅੱਜ ਕੱਲ ਅੱਗੇ ਤਾਂ ਪਾਰਟਨਰ ਦਾ ਤੁਸੀਂ ਐਪਲੀਕੇਸ਼ਨ ਪਾ ਦਿੱਤੀ ਹੈ ਤੇ ਉਸ ਦੇ ਵਿੱਚ ਤਕਰੀਬਨ 3-1 ਮਹੀਨੇ ਲੱਗਦੇ ਨੇ ਫੈਸਲਾ ਆਉਣ ਚ ਲੇਕਿਨ ਅਗਰ ਯੂਰਪੀਅਨ ਨੇ ਪਾਰਟਨਰ ਤੇ ਪਾਈ ਹੈ ਤੇ ਫਿਰ ਇਹਦੀ 6-1 ਮਹੀਨੇ ਲੱਗ ਜਾਣਗੇ ਫੈਸਲਾ ਆਉਣ ਦੇ ਵਿੱਚ ਰੂਲਸ ਵਿੱਚ ਕੋਈ ਚੇਂਜਿਸ ਨਹੀਂ ਹੋਈ ਹੈ ਲੇਕਿਨ ਸਖਤੀ ਥੋੜੀ ਜ਼ਿਆਦਾ ਹੋ ਗਈ ਹੈ ਕਿਉਂਕਿ ਸਾਰੇ ਲੋਕ ਇਸੇ ਤਰ੍ਹਾਂ ਸ਼ਾਦੀਆਂ ਕਰਦੇ ਸਨ ਇਸ ਵਜ੍ਹਾ ਦੇ ਨਾਲ ਹੋਮ ਆਫਿਸ ਥੋੜੇ ਜਿਹੇ ਸਖਤ ਹੋ ਗਏ ਹਨ ਯੂਰਪੀਅਨ ਮੈਰਿਜਿਸ ਦੇ ਤੁਹਾਡੀ ਕਾਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਹੈਲੋ ਜੀ ਮਲਿਕ ਸਾਹਿਬ ਮੇਰੇ 2 ਕੁਐਸਚਨ ਹੈ ਜੀ ਪਹਿਲਾ ਇਹ ਹੈ ਕਿ ਮੈਂ ਇਸ ਕੰਟਰੀ ਮੈਂ ਸਟੂਡੈਂਟ ਵੀਜ਼ੇ ਪੇ ਆਇਆ ਥਾ ਠੀਕ ਹੈ ਔਰ ਮੇਰਾ ਮੈਂ ਕਾਲਜ ਜਾਣਾ ਬੰਦ ਕਰ ਦਿਆ ਮੇਰੀ ਸ਼ਾਦੀ ਹੋ ਗਈ ਔਰ ਮੈਂ FLRM ਡਾਲੀ ਜੋ ਉਹਨਾਂ ਨੇ ਰਿਫਿਊਜ਼ ਕਰ ਦੀ ਉਹ FLRM ਇਸ ਲਈ ਡਾਲੀ ਕਿ ਮੇਰੀ ਵਾਈਫ 18,600 ਨਹੀਂ ਕਮਾ ਰਹੀ ਸੀ ਅਭੀ ਉਹਨਾਂ ਨੇ ਕਿਆ ਕਿਹਾ ਕਿ ਲਾਸਟ 4-5 ਮੰਥ ਸੇ ਉਹ 18,600 ਦੋ ਜੋਬਸ ਕਰ ਰਹੀ ਸੀ 33 ਆਵਰ ਈਚ ਜੋਬ ਤੋ ਉਹ ਅਬਾਊਟ 21,000 ਪਾਉਂਡ ਕਮਾ ਰਹੀ ਸੀ ਉਨਮੇ ਸੇ ਅਭੀ ਲਾਸਟ ਵੀਕ ਉਹਨੇ ਇੱਕ ਜੋਬ ਛੋੜ ਦੀ ਔਰ ਨਿਊ ਜੋਬ ਕਾ ਉਹਨੇ ਕੰਟਰੈਕਟ 44 ਆਵਰ ਔਰ ਉਨਕੋ ਦੋ ਐਕਸਟਰਾ ਸ਼ਿਫਟ ਦੇ ਰਹੇ ਹੈ ਔਰ ਫਿਰ ਵੀ 18,600 ਵੋ ਕਮਾ ਰਹੀ ਹੈ ਇੱਕ ਇਹ ਕੁਐਸਚਨ ਹੈ ਕਿ ਉਹ ਜੋ ਜੋਬ ਉਹਨਾਂ ਨੇ ਇੱਕ ਛੋੜ ਦੀ ਅਬ ਫਿਰ ਸੇ 6 ਮੰਥ ਕਰਨਾ ਹੋਗਾ ਜਾਂ ਉਹ ਹੀ ਲੀਗਲ ਸਟੇਟਸ ਇਸ ਵਕਤ ਕਿਆ ਹੈ ਮੈਂ ਅਭੀ ਓਵਰ ਸਟੇ ਹੂੰ ਜੀ ਆਪਕੀ ਕਾਲ ਕਾ ਸ਼ੁਕਰੀਆ ਨਹੀਂ ਆਪ ਮੈਰਿਜ ਕੇ ਬੇਸ ਪੇ ਯਹਾਂ ਸੇ ਐਪਲੀਕੇਸ਼ਨ ਹੀ ਨਹੀਂ ਕਰ ਸਕਤੇ ਹੈ ਕਿਉਂਕਿ ਜੋ ਮੈਰਿਜ ਕੇ ਬੇਸ ਪੇ ਐਪਲੀਕੇਸ਼ਨ ਹੋਤੀ ਹੈ ਵੋ ਇਮੀਗ੍ਰੇਸ਼ਨ ਰੂਲਸ ਕੇ ਤਹਿਤ ਹੋਤੀ ਹੈ ਜੋ ਲੋਗ ਇਮੀਗ੍ਰੇਸ਼ਨ ਰੂਲਸ ਮੇ ਅਪਲਾਈ ਕਰਤੇ ਹੈ ਉਸਮੇ ਪਹਿਲੀ ਬੜੀ ਸ਼ਰਤ ਯਹੀ ਹੈ ਕਿ ਉਨਕਾ ਸਟੇ ਯਹਾਂ ਪੇ ਹੋਣਾ ਚਾਹੀਏ ਵੋ ਲੀਗਲ ਹੋਣਾ ਚਾਹੀਏ ਫਿਰ 18,600 ਕੀ ਉਸਮੇ ਸ਼ਰਤ ਆਤੀ ਹੈ ਕਿਉਂਕਿ ਆਪ ਪਹਿਲੀ ਬੁਨਿਆਦੀ ਸ਼ਰਤ ਹੀ ਅਪਲਾਈ ਨਹੀਂ ਕਰ ਸਕਤੇ ਹੈ ਲਿਹਾਜ਼ਾ 1800-1600 ਵਾਲਾ ਕੇਸ ਆਪੇ ਅਪਲਾਈ ਨਹੀਂ ਕਰਤਾ ਹੈ ਦੂਸਰੀ ਬਾਤ ਅਗਰ ਆਪਕੀ ਮਿਸ 18,600 ਨਹੀਂ ਕਮਾ ਰਹੀ ਥੀ ਤੋ ਆਪ FLRM ਕੀ ਜੋ ਐਪਲੀਕੇਸ਼ਨ ਹੀ ਨਹੀਂ ਡਾਲ ਸਕਦੇ ਤੋ
وہ آپ نے ویسے ہی اپلیکیشن ڈال دی ہے. تو بہرحال آپ کسی وکیل سے مشورہ کر لیں, ہو سکتا ہے آپ ہیومن رائٹس کی اپلیکیشن ڈالیں, لیکن زیادہ چانسز آپ کے یہی ہیں کہ آپ اپنے کنٹری جائیں اور وہاں سے اپلیکیشن کر کے واپس آئیں, کیونکہ آپ آف دا ٹریک آپ ہو چکے ہیں. کال کا شکریہ, ویکھتے ہیں ساڈے نیکسٹ کالر کون نے. جی ہیلو, سات سری اکال جی. جی سات سری اکال. میں بابا جی اٹلی تو آیا اتنے, میں دو مہینے ہو گئے کام کردیا نو. ٹھیک ہے. تو میں اپنی وائف نو اتنے پکے طور سے سدنا چاہتا سی. میں یہ پوچھنا سی, میں تو جدو دو پے سلپ آیا ہوں تو میرے گھر کے پیپر بھی اتنے لونے پینے, سپانسرشپ بھی وغیرہ کوئی بھیجنی پینی ہے اٹلی وائف نو سدن واسطے یا انہوں نے. وائف کے کول کیڑا ویزا ہے اٹلی؟ تہاڈا ڈیپینڈنٹ ویزا ہے. اٹالین پاسپورٹ میرے کو جی, وائف کو انڈین پاسپورٹ ہے. تو وہ اٹلی دے وچ سیٹل نے؟ ہاں جی اٹلی وچ سیٹل. جی تہاڈی کال دا شکریہ. تسی یہ کرو کہ سب تو جڑا ایزی کام ہے, آسان کام ہے, وہ ہے کہ مسز نو اتھے ایز اے وزٹر بلوا لیو. انہوں نے ویسے ہی وہ چھ مہینے کا ویزا دے دیں گے. جدو اتھے آ جان تو انہیں کو چھ مہینے ویزا, جہی ڈیٹ تو اتو آن گے اس ڈیٹ تو چھ مہینے ویزا کے لگو گا. وہ جدو چھ مہینے ختم ہونے لگن گے تدو تسی انہوں سٹیٹس جڑا اتو ہی وزٹر تو اپنے ڈیپینڈنٹ تے چینج کر لیو گے. اس آسان طریقہ نے. تاڑی کال کا شکریہ, ویکھتے ہیں ساڈے نیکسٹ کالر کون نے. جی ہیلو. جی ہیلو. جی ਵਕੀਲ ਸਾਹਿਬ ਨਾਲ ਗੱਲ ਕਰ ਸਕਦੇ? ਜੀ ਬਿਲਕੁਲ ਗੱਲ ਕਰੋ ਜੀ. ਹਾਂਜੀ ਹੈਲੋ, ਸਤਿ ਸ੍ਰੀ ਅਕਾਲ ਜੀ. ਜੀ ਸਤਿ ਸ੍ਰੀ ਅਕਾਲ. ਅਸੀਂ ਪੁੱਛਣਾ ਸੀ ਜਿੱਦਾਂ ਮੈਂ ਜਿੱਦਾਂ ਆਪਣੇ ਪਾਰਟਨਰ ਦੇ ਨਾਂ ਰਹਿੰਦਾ ਆ ਜੀ, ਮੈਨੂੰ ਜੀ ਸਾਲ ਤੋਂ ਉੱਪਰ ਹੋ ਗਿਆ ਆਪਣੀ ਜਿੱਦਾਂ ਵਾਈਫ ਦੇ ਨਾਂ ਰਹਿੰਦੇ ਨੂੰ. ਠੀਕ ਆ. ਅਸੀਂ ਰਿਲੀਜੀਅਸ ਮੈਰਿਜ ਕਰ ਲਈ ਹੈ ਜਿੱਦਾਂ ਆਪਣੇ ਗੁਰਦੁਆਰੇ ਦੇ ਵਿੱਚ. ਠੀਕ ਆ. ਮੇਰੀ ਵਾਈਫ ਦੇ ਕੋਲ ਘਰ ਵੀ ਹੈਗਾ ਜਿੱਦਾਂ ਮੈਂ ਲੀਗਲ ਆ ਇੱਥੇ, ਉਹ ਬ੍ਰਿਟਿਸ਼ ਇੱਥੇ ਆ, ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਆ. ਠੀਕ. ਅਸੀਂ ਕਿਤੇ ਜਿੱਦਾਂ ਮੈਰਿਜ ਇੱਥੇ ਕਰ ਸਕਦੇ ਹਾਂ ਜਾਂ ਨਹੀਂ? ਤੁਹਾਡਾ ਲੀਗਲ ਸਟੇਟਸ ਕੀ ਹੈ ਇੱਥੇ ਤੁਹਾਡੇ ਕੋਲ? ਮੈਂ ਲੀਗਲ ਹੈ ਇੱਥੇ. ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ. ਪਹਿਲੀ ਗੱਲ ਇਹ ਕਿ ਇੰਨੇ ਤੁਹਾਡੇ ਵਾਸਤੇ ਪ੍ਰੋਬਲਮ ਹੋ ਜਾਏਗੀ, ਕਿਉਂਕਿ ਜਦੋਂ ਤੁਸੀਂ ਮੈਰਿਜ ਰਜਿਸਟਰ ਕਰਨੇ ਦੇ ਵਾਸਤੇ ਜਾਓਗੇ ਰਜਿਸਟਰ ਆਫਿਸ, ਉਹ ਪ੍ਰੋਬਲਮ ਖੜੀ ਕਰਨਗੇ, ਕਹਿਣਗੇ ਜੀ ਕਿਉਂਕਿ ਤੁਹਾਡੇ ਕੋਲ ਸਟੇ ਨਹੀਂ ਹੈ, ਲਿਆਦਾ ਤੁਹਾਨੂੰ ਅਸ ਮੈਰਿਜ ਰਜਿਸਟਰ ਨਹੀਂ ਕਰਨੇ ਹਾਂ, ਤਾਂ ਇਹ ਵੀ ਚਾਂਸ ਹੈ ਕਿ ਉੱਪਰ ਇਮੀਗ੍ਰੇਸ਼ਨ ਵਾਲੇ ਨੂੰ ਬੁਲਾ ਲੈਣ. ਤਾਂ ਤੁਸੀਂ ਅਗਰ ਪਾਰਟਨਰ ਇਕੱਠੇ ਰਹਿ ਰਹੇ ਹੋ ਤਾਂ ਤੁਸੀਂ ਪਾਰਟਨਰਸ਼ਿਪ ਦਾ ਕੇਸ ਪਾ ਸਕਦੇ ਹੋ. ਜਦੋਂ ਪਾਰਟਨਰਸ਼ਿਪ ਦਾ ਕੇਸ ਤੁਸੀਂ ਪਾਓਗੇ, ਉਹ ਮਸਲੇ ਤੁਹਾਨੂੰ ਇੱਕ ਐਕਨੋਲਜਮੈਂਟ ਭੇਜ ਦੇਣਗੇ ਕਿ ਤੁਹਾਡਾ ਕੇਸ ਉਹਨਾਂ ਨੂੰ ਮਿਲ ਗਿਆ ਤਾਂ ਤੁਸੀਂ ਇੱਥੇ ਰਹਿ ਸਕਦੇ ਹੋ. ਜਦੋਂ ਹੋਮ ਆਫਿਸ ਤੋਂ ਤੁਹਾਨੂੰ ਪਰਮਿਸ਼ਨ ਮਿਲ ਜਾਏ, ਉਸ ਤੋਂ ਬਾਅਦ ਅਗਰ ਤੁਸੀਂ ਚਾਹੋ ਤਾਂ ਆਪਣੀ ਮੈਰਿਜ ਰਜਿਸਟਰ ਕਰਵਾ ਸਕਦੇ ਹੋ. ਤੁਹਾਡੀ ਕਾਲ ਦਾ ਸ਼ੁਕਰੀਆ, ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ. ਜੀ ਹੈਲੋ. ਜੀ ਸਤਿ ਸ੍ਰੀ ਅਕਾਲ ਜੀ. ਜੀ ਸਤਿ ਸ੍ਰੀ ਅਕਾਲ. ਭਾਜੀ ਪੁੱਛਣਾ ਸੀ ਆਪਣੀ ਹੀਰਿੰਗ ਆ, PROCEDURAL ਹੀਰਿੰਗ ਆ, ਤੇ ਉਹਦਾ ਕੀ ਮਤਲਬ ਹੈਗਾ ਵੀਰ ਜੀ? ਇਹ ਤੁਹਾਨੂੰ ਕਿੱਥੋਂ ਪਤਾ ਚੱਲਿਆ? ਡੇਟ ਆਈ ਹੈ ਭਾਜੀ 7th April. ਤੇ ਉਹ ਕਿਹੜੀ ਜਗ੍ਹਾ ਡੇਟ ਆਈ ਹੈ? ਸਕਾਟਲੈਂਡ ਮੇ. ਤੇ ਉਹ ਕਿਸ ਚੀਜ਼ ਦੀ ਡੇਟ? ਅਪੀਲ ਤੁਸੀਂ ਕੀਤੀ ਸੀ ਕੋਈ? ਹਾਂਜੀ ਅਪੀਲ ਕੀਤੀ ਸੀ. ਤੁਸੀਂ ਹੀਰਿੰਗ ਡੇਟ ਹੈ? ਹਾਂਜੀ. ਇਹਦਾ ਕੀ ਮਤਲਬ ਹੈ ਵੀਰ ਜੀ? ਜੀ ਤੁਹਾਡੀ ਕਾਲ ਦਾ ਸ਼ੁਕਰੀਆ. ਤੁਸੀਂ ਕਿਸੇ ਵਕੀਲ ਨੂੰ ਦੱਸ ਕੇ ਤੇ ਇਸਦਾ ਮਤਲਬ ਲੈ ਲਿਓ. ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਅਪੀਲ ਕੋਈ ਕੀਤੀ ਹੈ ਉਸ ਨੂੰ ਤੁਹਾਨੂੰ ਕੋਈ ਹੇਅਰਿੰਗ ਡੇਟ ਆਈ ਹੈ. ਇਹ ਜਾਂ ਤਾਂ ਅਗਰ ਕਿਸੇ ਵਕੀਲ ਨੇ ਥਰੂ ਕੀਤੀ ਹੈ ਤਾਂ ਵਕੀਲ ਨੂੰ ਦੱਸ ਦਿਓ, ਤੇ ਜਿਹੜਾ ਕਾਗਜ਼ ਦਾ ਕੀ ਮਤਲਬ ਹੈ ਉਹ ਤੁਹਾਨੂੰ ਦੱਸ ਦੇਗਾ. ਲੇਕਿਨ ਇਸ ਤੋਂ ਇਹ ਲੱਗ ਰਿਹਾ ਕਿ ਤੁਹਾਡੀ ਕੋਈ ਅਪੀਲ ਹੇਅਰਿੰਗ ਡੇਟ ਆਈ ਹੈ. ਲੇਕਿਨ ਆਮ ਤੌਰ ਪਰ ਜਿਹੜੇ ਬੰਦੇ ਯੂਕੇ ਦੇ ਵਿੱਚ ਰਹਿੰਦੇ ਨੇ ਉਹਨੇ ਨੀ ਸਕਾਟਲੈਂਡ ਬਹੁਤ ਘੱਟੀ ਅਪੀਲ ਆਉਂਦੀ, ਇਸ ਵਜ੍ਹਾ ਨਾਲ ਜਾਂ ਤਾਂ ਤੁਸੀਂ ਸਕਾਟਲੈਂਡ ਪ੍ਰੋਬੇਬਲੀ ਰਹਿ ਰਹੇ ਹੋ ਤਾਂ ਇਹ ਡੇਟ ਆਈ ਹੈ. ਤਾਂ ਬਹਰਲ ਆਪਣੇ ਵਕੀਲ ਕੀ ਪੇਪਰ ਦੱਸ ਕੇ ਉਹਨੂੰ ਤੋਂ ਐਡਵਾਈਸ ਲੈ ਲਿਓ. ਕੱਲ ਦਾ ਸ਼ੁਕਰੀਆ, ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ. ਜੀ ਹੈਲੋ. ਹੈਲੋ ਜੀ. ਹਾਂਜੀ ਸਤਿ ਸ੍ਰੀ ਅਕਾਲ ਭਾਜੀ. ਜੀ ਸਤਿ ਸ੍ਰੀ ਅਕਾਲ. ਭਾਜੀ ਮੈਂ ਆਪਣੀ ਫਰੈਂਡ ਦਾ ਪੁੱਛਣਾ ਸੀ, ਉਹ 2006 ਚ ਵਿਜ਼ਟਰ ਆਏ ਸੀ ਹਸਬੈਂਡ ਤੇ ਉਹ. ਠੀਕ ਹੈ. ਤੇ ਉਹਨਾਂ ਦੇ ਬੇਬੀ ਨਹੀਂ ਕੋਈ ਹੈਗਾ, ਤੇ ਉਹਨਾਂ ਦਾ ਕੇਸ ਕੋਈ ਬਣ ਸਕਦਾ? ਜੀ ਅੱਧ ਤੋਂ 2006 ਚ ਆਏ ਸੀ ਇੱਥੇ. ਪਹਿਲੀ ਉਹਨੇ ਇਹ ਉਹਨੇ ਤੋਂ ਗਲਤੀ ਹੋ ਗਈ ਕਿ ਉਸ ਵਕਤ ਕੋਈ ਨਾ ਕੋਈ ਕੇਸ ਲਾ ਦੇਣਾ ਚਾਹੀਦਾ ਸੀ, ਕਿਉਂਕਿ ਉਹ ਲੋਕ ਜਿਹਨੇ 2007 ਤੋਂ ਪਹਿਲੇ ਕੇਸ ਲਾਏ ਨੇ ਉਹਨਾਂ ਨੇ ਤਕਰੀਬਨ ਸਟੇ ਹੋ ਚੁੱਕੇ ਹਨ. ਤਾਂ ਬਹਰਹਾਲ ਹੁਣ ਵੀ ਉਹਨਾਂ ਨੂੰ ਇੱਥੇ ਕੋਈ 9-10 ਸਾਲ ਹੋ ਗਏ, ਉਹ ਅਗਰ ਐਪਲੀਕੇਸ਼ਨ ਪਾਉਣਾ ਚਾਹੁੰਦੇ ਤਾਂ ਹਿਊਮਨ ਰਾਈਟਸ ਦੀ ਐਪਲੀਕੇਸ਼ਨ ਪਾ ਸਕਦੇ ਨੇ. ਤੁਹਾਡੀ ਕਾਲ ਦਾ ਸ਼ੁਕਰੀਆ, ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ. ਜੀ ਹੈਲੋ. ਜੀ ਜੀ ਹੈਲੋ. ਹੈਲੋ ਜੀ. ਹੈਲੋ. ਜੀ ਜੀ ਤੁਸੀਂ ਗੱਲ ਕਰੋ. ਹੈਲੋ, ਸਲਾਮ ਅਲੈਕੁਮ. ਜੀ ਵਾਲੇਕੁਮ ਸਲਾਮ. ਹਾਂਜੀ ਮੈਂ ਪੁੱਛਣਾ ਸੀ ਕਿ ਮੇਰੇ ਹਸਬੈਂਡ ਕੋਲ ਤੇ ਮੇਰੇ ਬੱਚਿਆਂ ਕੋਲ ਯੂਰੋਪੀਅਨ ਪਾਸਪੋਰਟ ਹੈ, ਤੇ ਮੇਰੇ ਕੋਲ ਹੈਗਾ ਪਾਕਿਸਤਾਨੀ ਪਾਸਪੋਰਟ ਨਾ, ਤੇ ਮੈਨੂੰ ਇੱਥੇ 5 ਸਾਲ ਦਾ ਵੀਜ਼ਾ ਮਿਲਿਆ ਵਾ ਯੂਕੇ ਦਾ. ਠੀਕ ਹੈ. ਤੇ ਮੈਂ ਇਹ ਪੁੱਛਣਾ ਸੀ ਕਿ ਮੈਂ ਜੋ 5 ਸਾਲ ਤੋਂ ਬਾਅਦ ਇਨਡੈਫੀਨੇਟ ਵੀਜ਼ਾ ਅਪਲਾਈ ਕਰਾਂ, ਤੇ ਉਸ ਤੋਂ ਬਾਅਦ ਮੈਨੂੰ ਨੈਸ਼ਨੈਲਿਟੀ ਮਿਲ ਸਕਦੀ ਹੈ? ਕਿਉਂਕਿ ਮੈਂ ਸੁਣਿਆ ਕਿ ਜਿਨ੍ਹਾਂ ਦੇ
ਯੂਰੋਪੀਅਨ ਵੀਜ਼ੇ ਆ ਫੈਮਿਲੀ ਉਹ ਨੈਸ਼ਨੈਲਿਟੀ ਨਹੀਂ ਮਿਲਦੀ ਹੈਗੀ ਉਹਨਾਂ ਨੂੰ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਪਹਿਲੀ ਗੱਲ ਇਹ ਤੁਹਾਨੂੰ ਇੱਥੇ 5 ਸਾਲ ਦਾ ਸਟੇ ਮਿਲਿਆ ਇਹ 5 ਸਾਲ ਅੱਗੇ ਤੁਹਾਡੇ ਹਸਬੈਂਡ ਇੱਥੇ ਫੁੱਲ ਟਾਈਮ ਕੰਮ ਕਰਨਗੇ ਫਿਰ ਤੁਸੀਂ 5 ਸਾਲ ਦੇ ਬਾਅਦ ਇਨਡੈਫਿਨ ਸਟੇ ਲੈਣ ਤੁਹਾਨੂੰ ਮਿਲ ਜਾਏਗਾ ਯਾਨੀ ਨੋ ਲਿਮਿਟ ਤੁਹਾਨੂੰ ਵੀਜ਼ਾ ਮਿਲ ਜਾਏਗਾ ਜਦੋਂ ਵੀਜ਼ਾ ਮਿਲ ਜਾਂਦਾ ਉਸ ਤੇ 1 ਸਾਲ ਦੇ ਬਾਅਦ ਤੁਸੀਂ ਬ੍ਰਿਟਿਸ਼ ਨੈਸ਼ਨੈਲਿਟੀ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ ਤੁਹਾਡੀ ਕੱਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਬੰਦ ਕਰ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲਾਂ ਵੀ ਫੋਨ ਕੀਤਾ ਸੀ ਕੱਟਿਆ ਗਿਆ ਵਿੱਚੋਂ ਜੀ ਜੀ ਤੇ ਹਾਂਜੀ ਉਹ ਮੈਂ ਪੁੱਛ ਰਿਹਾ ਪੇਪਰ ਮੈਨੂੰ ਇੱਥੋਂ ਕੀ ਕੀ ਭੇਜਣੇ ਪੈਣੇ ਆ ਇਟਲੀ ਵਾਈਫ ਨੂੰ ਸੱਦਣ ਵਾਸਤੇ ਸਪੋਂਸਰਸ਼ਿਪ ਘਰ ਦੇ ਪੇਪਰ ਵਗੈਰਾ ਕੋਈ ਲਾਉਣੇ ਪੈਣੇ ਮੇਰੇ ਨਾਂ ਤੇ ਜਿੱਦਾਂ ਕੋਈ ਇੱਥੋਂ ਦਾ ਬਿੱਲ ਵਗੈਰਾ ਕੋਈ ਨਹੀਂ ਹੈਗਾ ਨਹੀਂ ਉਸ ਦੀ ਕੋਈ ਲੋੜ ਨਹੀਂ ਤੁਸੀਂ ਸਿਰਫ ਸਿੰਪਲ ਜੀ ਐਪਲੀਕੇਸ਼ਨ ਪਾਣੀ ਚਾਹੀਦੀ ਕਿ ਜੀ ਮੇਰੀ ਜਿਹੜੀ ਵਾਈਫ ਹੈ ਉਹ ਵਿਜ਼ਿਟ ਕਰਨ ਵਾਸਤੇ ਯੂਕੇ ਆਉਣਾ ਚਾਹੁੰਦੀ ਹੈ ਤਾਂ ਉਹ ਬਸ ਤੁਸੀਂ ਐਪਲੀਕੇਸ਼ਨ ਪਾ ਦਿਓ ਸਪਾਂਸਰ ਦੇ ਨਾਲ ਉਸ ਨੂੰ ਵਿਜ਼ਿਟ ਵੀਜ਼ਾ ਦੇ ਦੇਣਗੇ ਤਾਂ ਵਿਜ਼ਿਟ ਵੀਜ਼ਾ 6 ਮਹੀਨੇ ਦਾ ਹੋਗਾ ਉਸ ਤੇ ਇੱਥੇ ਆ ਸਕਣਗੇ ਉਸ ਵਾਸਤੇ ਘਰ ਦੇ ਪੇਪਰ ਕੋਈ ਜ਼ਰੂਰੀ ਨਹੀਂ ਨੇ ਕੱਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਪੁੱਛਣਾ ਸੀ ਜਿੱਦਾਂ ਅਸੀਂ ਇੱਥੋਂ ਸਪੋਂਸਰਸ਼ਿਪ ਇੰਡੀਆ ਨੂੰ ਪਾਉਂਦੇ ਹਾਂ ਕਿਸੇ ਨੂੰ ਵੀ ਠੀਕ ਹੈ ਤੇ ਜੇ ਕੋਲੰਬੀਆ ਤੋਂ ਜਿੱਦਾਂ ਸਾਊਥ ਅਮਰੀਕਾ ਕੋਲੰਬੀਆ ਤੋਂ ਕਿਸੇ ਨੇ ਇੱਥੇ ਵਿਜ਼ਟਰ ਆਉਣਾ ਉਹਨੂੰ ਕਿਆ ਮਤਲਬ ਵੀ ਸਪੋਂਸਰਸ਼ਿਪ ਪਾਣੀ ਪਊਗੀ ਜਾਂ ਮਤਲਬ ਉਦਾਂ ਅਪਲਾਈ ਕਰਨ ਵੀ ਟੂਰਿਸਟ ਵੀਜ਼ਾ ਤੇ ਆ ਸਕਦੇ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਅਸਲ ਵਿੱਚ ਕੋਈ ਬੰਦਾ ਵੀ ਯੂਕੇ ਇੰਡੀਆ ਤੋਂ ਹੈ ਜਾਂ ਕੋਲੰਬੀਆ ਤੋਂ ਹੈ ਕਿੱਧਰ ਤੋਂ ਅਗਰ ਯੂਕੇ ਆਉਣਾ ਚਾਹੁੰਦਾ ਹੈ ਤਾਂ ਇਮੀਗ੍ਰੇਸ਼ਨ ਵਾਲੇ ਇੱਕ ਚੀਜ਼ ਵੇਖਣਗੇ ਕਿ ਜੀ ਇਹ ਬੰਦਾ ਯੂਕੇ ਜਾ ਰਿਹਾ ਇਸ ਦਾ ਖਰਚਾ ਕੌਣ ਪੇ ਕਰੇਗਾ ਅਗਰ ਤਾਂ ਜਿਹੜਾ ਬੰਦਾ ਕੋਲੰਬੀਆ ਤੋਂ ਆ ਰਿਹਾ ਉਸ ਦੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਅੱਛੀ ਹੈ ਉਸਦੀ ਈਅਰਲੀ ਇਨਕਮ ਬਹੁਤ ਜ਼ਿਆਦਾ ਹੈ ਉੱਥੇ ਟੈਕਸ ਪੇ ਕਰ ਰਿਹਾ ਜਾਂ ਕੋਈ ਕੰਮ ਪੇ ਕਰ ਰਿਹਾ ਜਾਂ ਉਸਦੇ ਉੱਥੇ ਕਨੈਕਸ਼ਨ ਨੇ ਫਿਰ ਤੋਂ ਆਪਣੇ ਰਾਈਟ ਤੇ ਅਪਲਾਈ ਕਰਕੇ ਆ ਸਕਦਾ ਹੈ ਲੇਕਿਨ ਅਗਰ ਇੱਥੋਂ ਕੋਈ ਬੰਦਾ ਉਸਨੂੰ ਸਪਾਂਸਰ ਕਰਨਾ ਚਾਹੇ ਤਾਂ ਇਸਦਾ ਮਤਲਬ ਹੈ ਕਿ ਜਿਹੜਾ ਸਪਾਂਸਰ ਇੱਥੇ ਹੈ ਉਹ ਇਸ ਗੱਲ ਦੀ ਜ਼ਿੰਮੇਵਾਰੀ ਚਾਹੁੰਦਾ ਹੈ ਕਿ ਮੈਂ ਉਸ ਬੰਦੇ ਇੰਨਾ ਖਰਚਾ ਪੇ ਕਰਾਂਗਾ ਰੋਟੀ ਕੱਪੜਾ ਮਕਾਨ ਦੇਵਾਂਗਾ ਜਦੋਂ ਯੂਕੇ ਦੇ ਚੋਣਗੇ ਇਸ ਵਜ੍ਹਾ ਨਾਲ ਇੱਥੋਂ ਤੁਸੀਂ ਸਪਾਂਸਰ ਭੇਜ ਦਿਓ ਤਾਂ ਬਹਰਹਾਲ ਦੋਵਾਂ ਸੂਰਤਾਂ 'ਚ ਐਪਲੀਕੇਸ਼ਨ ਹੋ ਸਕਦਾ ਸਪਾਂਸਰ ਵੀ ਭੇਜ ਸਕਦੇ ਹੋ ਉਹ ਬੰਦਾ ਆਪਣੇ ਰਾਈਟ ਤੇ ਵੀ ਐਪਲੀਕੇਸ਼ਨ ਪਾ ਸਕਦਾ ਹੈ ਤੁਹਾਡੀ ਕਾਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਮੈਂ ਇਟਲੀ ਤੋਂ ਬੋਲ ਰਿਹਾ ਜੀ ਮੈਂ ਪੁੱਛਣਾ ਸੀਗਾ ਕਿ ਮੈਂ ਸੁਣਿਆ ਕਿ ਇਟਲੀ ਵਾਸਤੇ ਜਿਹੜੇ ਬੰਦੇ ਇੱਥੇ ਆ ਰਹੇ ਇੰਗਲੈਂਡ ਵਿੱਚ ਤੇ ਉਹਨਾਂ ਵਾਸਤੇ ਜਿਹੜੇ ਕਾਨੂੰਨ ਚੇਂਜ ਹੋ ਰਹੇ ਆ ਇਹ ਸਹੀ ਹੈ ਜਾਂ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਨਹੀਂ ਕੋਈ ਬੜੇ ਕਾਨੂੰਨ ਚੇਂਜ ਨਹੀਂ ਹੋ ਰਹੇ ਸਿਰਫ ਉਹ ਪ੍ਰੋਬਲਮ ਹੈ ਕਿ ਜਿਹੜੇ ਬੰਦੇ ਉੱਥੋਂ ਇੱਥੇ ਆਣ ਇੱਥੇ ਆ ਕੇ ਕੰਮ ਨਾ ਕਰਨ ਬਲਕਿ ਇੱਥੇ ਆ ਕੇ ਬੈਨੀਫਿਟਸ ਲੈਣਾ ਸ਼ੁਰੂ ਕਰ ਦੇਣ ਗੌਰਮੈਂਟ ਕੋਲੋਂ ਉਹਨੇ ਵਾਸਤੇ ਗੌਰਮੈਂਟ ਥੋੜੀ ਜਿਹੀ ਸਖਤੀ ਕਰ ਰਹੀ ਹੈ ਤੇ ਬਾਕੀ ਜਿਹੜੇ ਆਮ ਬੰਦੇ ਯੂਰਪ ਤੇ ਉਹ ਤੇ ਇੱਥੇ ਆ ਜਾ ਸਕਦੇ ਨੇ ਐਨੀ ਟਾਈਮ ਆ ਕੇ ਕੰਮ ਕਰ ਸਕਦੇ ਨੇ ਆਪਣੇ ਨਿਆਣੇ ਨੂੰ ਜਾਂ ਆਪਣੀ ਫੈਮਿਲੀ ਨੂੰ ਇੱਥੇ ਬੁਲਾਉਣਾ ਚਾਹੁੰਦੇ ਤਾਂ ਬੁਲਾ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਨੇ ਕੱਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਮੈਂ ਆਪਣਾ ਸਵਾਲ ਪੁੱਛ ਸਕਦੀ ਹਾਂ ਜੀ ਬਿਲਕੁਲ ਪੁੱਛ ਸਕਦੀ ਹਾਂ ਮੈਨੇ ਨਾ ਆਪਣਾ ਕੇਸ ਜਮਾ ਕਰਾਇਆ ਥਾ 2012 ਮੈਂ ਮੇਰੇ ਬੱਚੋਂ ਕੇ ਇਧਰ 7 ਸਾਲ ਹੋਏ ਥੇ ਫਿਰ ਉਹ ਸਾਰਾ ਚਲਤੇ ਚਲਤੇ 2 ਸਾਲ ਹੋ ਗਿਆ ਔਰ ਅਭੀ ਅਪੀਲ ਮਿਲੀ ਹੈ ਯਾਨੀ ਉਹਨਾਂ ਨੇ ਰਿਫਿਊਜ਼ ਹੀ ਕੀਆ ਅਬ ਅਪੀਲ ਮਿਲੀ ਹੈ ਔਰ ਹੀਅਰਿੰਗ ਡੇਟ ਵੀ ਆਈ ਹੈ ਲੇਕਿਨ ਹਮ ਲਾਸਟ ਟਾਈਮ ਅਭੀ ਸਾਈਨਿੰਗ ਪੇ ਜਬ ਗਏ ਥੇ ਤੋ ਉਧਰ ਹਮਾਰਾ ਇੰਟਰਵਿਊ 4 ਬੰਦੋ ਨੇ ਦੀਆ ਔਰ 7 ਫਿੰਗਰ ਪ੍ਰਿੰਟਸ ਵੀ ਮੇਰੇ ਔਰ ਮੇਰੇ ਹਸਬੈਂਡ ਕੇ ਤੋ ਯੇ ਇਸਸੇ ਕਿਆ ਸਾਇਨ ਸਾਬਿਤ ਹੋਤਾ ਹੈ ਕੁਛ ਅੱਛਾ ਹੈ ਯਾ ਕਿਆ ਹੈ ਜੀ ਆਪਕੇ ਕਾਲ ਕਾ ਸ਼ੁਕਰੀਆ ਨਹੀਂ ਉਹ ਤੋ ਅੱਛਾ ਨਹੀਂ ਜਾਂ ਸਾਇਨ ਕਰਨੇ ਕੇ ਲਈ ਜਾਤੇ ਹੈ ਉਹ ਸਿਰਫ ਟਰੈਵਲ ਡਾਕੂਮੈਂਟ ਬਣਾਨੇ ਕੀ ਕੋਸ਼ਿਸ਼ ਕਰਤੇ ਹੈ ਆਪਕੇ ਫਿੰਗਰ ਪ੍ਰਿੰਟਸ ਲੇਤੇ ਹੈ ਆਪਕੇ ਫੋਟੋ ਲੈ ਲੇਤੇ ਹੈ ਆਪਕੋ ਟਰੈਵਲ ਡਾਕੂਮੈਂਟ ਬਣਾਤੇ ਹੈ ਕਿ ਅਗਰ ਆਪਕਾ ਕੇਸ ਰਿਫਿਊਜ਼ ਹੋ ਜਾਏ ਤੋ ਆਪਕੋ ਵਾਪਸ ਭੇਜ ਸਕੇ ਤੋ ਉਹ ਕੋਈ ਸਾਇਨ ਅੱਛਾ ਨਹੀਂ ਹੈ ਅਬ ਜੋ ਕੋਰਟ ਮੇਂ ਆਪਣੀ ਅਪੀਲ ਕੀ ਹੈ ਵਹਾਂ ਕੋਸ਼ਿਸ਼ ਕਰੇ ਕਿਸੀ ਅੱਛੇ ਬੈਰਿਸਟਰ ਕੋ ਲੈ ਜਾਏ ਜੋ ਆਪਕਾ ਕੇਸ ਜੱਜ ਕੋ ਜਾ ਕੇ ਜੱਜ ਕੋ ਬਤਾਏ ਤੋ ਪਰ ਅਗਰ 7 ਸਾਲ ਆਪਕੋ ਯਹਾਂ ਪੇ ਬੱਚੋਂ ਕੇ ਸਾਥ ਹੋ ਚੁਕੇ ਹੈ ਤੋ ਆਪਕੇ ਚਾਂਸਸ ਕਾਫੀ ਜ਼ਿਆਦਾ ਹੈ ਕਿ ਆਪਕੋ ਯਹਾਂ ਰਹਿਣੇ ਕੀ ਪਰਮਿਸ਼ਨ ਮਿਲ ਜਾਏਗੀ ਕਾਲ ਕਾ ਸ਼ੁਕਰੀਆ ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਜੀ ਮੈਂ ਨਾ ਇੱਥੇ ਫਰੈਂਡ ਆਇਆ ਸੀ ਉਹ 2004 ਦੇ ਵਿੱਚ ਆਏ ਉਹਨਾਂ ਨੇ ਫਿਰ ਐਪਲੀਕੇਸ਼ਨ ਪਾਈ ਸੀ 2012 9 ਜੁਲਾਈ ਤੋਂ ਪਹਿਲਾਂ 7 ਸਾਲ ਬਾਅਦ ਉਹਨਾਂ ਦਾ ਬੱਚਾ ਇੱਕ ਨਾਲ ਆਇਆ ਸੀ ਉਸ ਟਾਈਮ ਉਹ 2 ਸਾਲ ਦਾ ਸੀ ਠੀਕ ਹੈ ਫਿਰ ਸਾਰਾ ਕੁਛ ਜੁਡੀਸ਼ੀਅਲ ਵੀ ਹੋਇਆ ਉਹਨਾਂ ਦਾ ਤੇ ਉਹਨਾਂ ਨੇ ਫਿਰ ਕੇਸ ਵਾਸਤੇ ਉਹਨਾਂ ਨੂੰ ਫਿਰ ਰਾਈਟ ਆਫ ਅਪੀਲ ਦੇ ਦਿੱਤਾ ਫਿਰ ਉਹ ਫਸਟ ਟ੍ਰਿਬਿਊਨਲ ਚ ਗਏ ਤੇ ਉਹਨਾਂ ਦੇ ਬ੍ਰਿਸ਼ਟ ਨੇ ਕਿਹਾ ਕੇਸ ਵਾਪਸ ਲੈ ਲਓ ਤੇ ਉਹਨਾਂ ਦੇ ਕੋਰਟ ਚ ਉਹਨਾਂ ਨੇ ਫਿਰ ਹੱਕ ਵਿੱਚ ਫੈਸਲਾ ਕਰ ਦਿੱਤਾ ਫਿਰ ਬਾਅਦ ਵਿੱਚ ਉਹਨਾਂ ਨੇ 5 ਦਿਨਾਂ ਬਾਅਦ ਫਿਰ ਅਪੀਲ ਕਰ ਦਿੱਤੀ ਅਪਨ ਟ੍ਰਿਬਿਊਨਲ ਦੇ ਵਿੱਚ ਉਸ ਕੋਰਟ ਨੇ ਵੀ ਉਹਨਾਂ ਦੇ ਹੱਕ ਚ ਫੈਸਲਾ ਕਰਤਾ ਜਿਹੜਾ ਮੇਰਾ ਫਰੈਂਡ ਸੀ ਹੁਣ 7-8 ਮਹੀਨੇ ਹੋ ਗਏ ਫਿਰ ਉਹਨਾਂ ਨੇ 2-3 ਲੈਟਰ ਵੀ ਲਿਖੇ ਐਮ ਪੀ ਵੱਲੋਂ ਵੀ ਲਿਖੇ ਵਕੀਲ ਵੱਲੋਂ ਲਿਖੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਵੀ ਹਾਈ ਕੋਰਟ ਚੱਲੇ ਕੋਈ ਜਵਾਬ ਨਹੀਂ ਅਜੇ ਆਇਆ 8-9 ਮਹੀਨੇ ਹੋ ਗਏ
ਜੀ ਤੁਹਾਡੀ ਗੱਲ ਦਾ ਸ਼ੁਕਰੀਆ ਤੁਹਾਡੇ ਜਿਹੜੇ ਮਿੱਤਰ ਨੇ ਉਹਨੇ ਹਾਈ ਉਹਨੇ ਅਪਰ ਟ੍ਰਾਈਬਿਊਨਲ ਤੋਂ ਅਪੀਲ ਵਿਨ ਕਰ ਲਈ ਹੈ ਤੇ ਉਹਨੇ ਨੂੰ ਉੱਥੇ ਸਟੇ ਲੱਭ ਜਾਣਾ ਚਾਹੀਦਾ ਤੁਹਾਨੂੰ ਅਫਸਰ ਕਦੇ ਕਦੇ ਇਸ ਕੇਸ ਦੇ ਉੱਪਰ ਬਹਿ ਜਾਂਦੇ ਨੇ ਤੁਸ
ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਮਲਿਕ ਸਾਹਿਬ ਬੋਲ ਜੀ ਬਿਲਕੁਲ ਬੋਲ ਰਹੇ ਜੀ ਹਾਂਜੀ ਜਿੱਦਾਂ ਮੈਂ 99 ਚ ਆਇਆ ਸੀ ਠੀਕ ਹੈ ਹਾਂਜੀ ਬਾਅਦ ਚ 2006 ਚ ਜਿੱਦਾਂ ਸਾਡੀ ਮੈਰਿਜ ਹੋ ਗਈ ਗੁਰਦੁਆਰੇ ਠੀਕ ਹੈ ਤੇ ਬਾਅਦ ਚ ਸਾਡੇ ਇੱਕ ਬੇਬੀ ਹੈ 6.5 ਸਾਲ ਦੀ ਲੜਕੀ ਹੈ ਅੱਛਾ ਤਾਂ ਬਾਅਦ ਚ 3.5 ਸਾਲ ਦਾ ਬੋਈ ਹੈ ਠੀਕ ਹੈ ਤਾਂ ਬਾਅਦ ਚ ਮੈਨੂੰ ਸਿਨੋ ਦੇ ਜਾਂਦੇ ਨੂੰ 3 ਸਾਲ ਹੋ ਗਿਆ ਠੀਕ ਤੇ ਵਾਈਫ ਮੇਰੀ ਜਾਂਦੀ ਨੂੰ ਸਾਲ ਕੁ ਹੋਇਆ ਸ਼ੁਰੂ ਕੀਤੀ ਨੂੰ ਸਿਨੋ ਦੇ ਠੀਕ ਹੈ ਤੇ ਪਹਿਲਾਂ ਉਹਨੇ 2 ਮਹੀਨੇ ਦੇ ਅਸੀਂ ਮੇਰਾ 8 ਵੀ ਕਵਾ ਸੀ ਤਾਂ ਹੁਣ ਜਦੋਂ ਲਾਸਟ ਟਾਈਮ ਗਏ ਤਾਂ ਉਹਨੇ 1 ਮਹੀਨੇ ਦੇ ਬਾਅਦ ਕਰ ਦਿੱਤੇ ਆ ਠੀਕ ਹੈ ਜਦੋਂ ਤੁਸੀਂ 99 ਕੀਤਾ ਸੀ ਜਾਂ ਨਹੀਂ ਅਪਲਾਈ ਕੀਤਾ ਸੀ ਮੈਂ 99 ਕੀਤਾ ਸੀ ਉਹ ਕੇ ਕੇਸ ਸੀ ਅਸਾਲਮ ਕੇਸ ਸੀ ਹਾਂਜੀ ਅਸਾਲਮ ਮੇਰੇ ਫਿੰਗਰਪ੍ਰਿੰਟ ਸਾਰਾ ਕੁਝ ਉਹ ਤੁਹਾਡਾ ਲੈਗਸੀ ਸਟੇ ਨਹੀਂ ਸੀ ਹੋਇਆ ਨਹੀਂ ਲੈਗਸੀ ਹੋਇਆ ਨਹੀਂ ਸੀ ਹਾਂਜੀ ਤੇ ਹੁਣ ਤੁਹਾਡਾ ਕੇਸ ਕਿੱਥੇ ਤੱਕ ਪਹੁੰਚਿਆ ਹੁਣ ਜਿੱਦਾਂ ਉਹਨੇ ਪਤਾ ਨਹੀਂ ਕਿਹੜੇ ਪਤਾ ਨਹੀਂ ਕਹਿੰਦੇ ਪਾਇਆ ਹੋਇਆ ਸੀ ਠੀਕ ਹੈ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਤੁਹਾਡਾ ਸਟੇ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ ਕਿਉਂਕਿ ਪਹਿਲੇ ਗੱਲ ਕੇ ਜਿਹਨੇ 2007 ਤੋਂ ਪਹਿਲੇ ਅਪਲਾਈ ਕੀਤੇ ਉਹਨਾਂ ਨੇ ਲੈਗਸੀ ਸਟੇ ਹੋ ਜਾਣਾ ਚਾਹੀਦਾ ਸੀ ਤੁਹਾਡਾ ਵੀ ਹੋ ਜਾਣਾ ਚਾਹੀਦਾ ਸੀ ਬਹਰਹਾਲ ਨਹੀਂ ਹੋਇਆ ਇਸ ਆਪਣੇ ਕੇਸ ਨੂੰ ਅੱਗੇ ਲਾਈ ਰੱਖੋ ਤੇ ਤੁਹਾਡਾ ਸਟੇ ਇੱਥੇ ਹੋ ਜਾਏਗਾ ਕਿਉਂਕਿ ਤੁਹਾਨੂੰ ਆਏ ਨੇ ਕਾਫੀ ਅਸੀਂ ਇਹਨਾਂ ਦੇ ਰੈਗੂਲਰ ਜਾਂਦੇ ਆ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਸਾਨੂੰ ਤੇ ਕੋਈ ਪ੍ਰੋਬਲਮ ਨਹੀਂ ਸਿਰਫ ਆਪਣਾ ਜਿਹੜਾ ਕੇਸ ਹੈ ਉਸ ਨੂੰ ਤੁਸੀਂ ਲਾਈ ਰੱਖਣਾ ਉਹ ਕੇਸ ਨਹੀਂ ਛੋੜਨਾ ਹੈ ਹਾਂਜੀ ਫਿਰ ਲਾਸਟ ਪਤਾ ਕੀ ਥੋੜਾ ਜਿਹਾ ਨਿਊ ਜੇਅਰ ਚ ਉਹਨੇ ਪੇਪਰ ਮੰਗੇ ਸੀ ਵੀ 2 ਸਾਲ ਪੁਰਾਣਾ ਕੋਈ ਬਿੱਲ ਸਾਰਾ ਕੁਝ ਤੁਸੀਂ ਇਕੱਠੇ ਰਹਿੰਦੇ ਹੋ ਅਸੀਂ ਸਾਰਾ ਕੁਝ ਉਹਨਾਂ ਨੂੰ ਭੇਜ ਦਿੱਤਾ ਮੈਡੀਕਲ ਸਾਰਾ ਰਿਪੋਰਟ ਠੀਕ ਹੈ ਚੰਗਾ ਕੀਤਾ ਤੇ ਤੁਸੀਂ ਹੁਣ ਆਪਣੇ ਕੇਸ ਦਾ ਵੇਟ ਕਰੋ ਤੁਹਾਡੀ ਕੱਲ ਦਾ ਸ਼ੁਕਰੀਆ ਇਸੇ ਦੇ ਨਾਲ ਵੇਲਾ ਹੋਇਆ ਇੱਕ ਛੋਟੀ ਜਿਹੀ ਬ੍ਰੇਕ ਦਾ ਤੁਸੀਂ ਟੀਵੀ ਵੇਖਦੇ ਰਹੋ ਬ੍ਰੇਕ ਦੋ ਉਸ ਪਰ ਤੁਹਾਨੂੰ ਫਿਰ ਮਿਲਾਂਗੇ ਤੂੰ ਦੱਸੋ ਅਸੀਂ ਕੱਲ ਪ੍ਰੋਗਰਾਮ ਦਾ ਸ਼ੋ ਦਾ ਉੱਥੋਂ ਸਟਾਰਟ ਲੈਂਦੇ ਆ ਜਿੱਥੇ ਬ੍ਰੇਕ ਤੋਂ ਪਹਿਲੇ ਖਤਮ ਹੋਇਆ ਸੀ ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਜੀ ਤੁਸੀਂ ਗੱਲ ਕਰੋ ਜੀ ਹੈਲੋ ਜੀ ਜੀ ਤੁਸੀਂ ਗੱਲ ਕਰੋ ਹੈਲੋ ਹਾਂਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਸੀਗਾ ਜੀ ਬਿਲਕੁਲ ਪੁੱਛੋ ਜੀ ਮੇਰੇ ਡੈਡੀ ਇੱਥੇ 17-17.5 ਸਾਲ ਬਾਅਦ ਪੱਕੇ ਹੋਏ ਸੀ ਤਾਂ ਉਹਨਾਂ ਤੋਂ ਬਾਅਦ ਮੈਂ ਤੇ ਮੇਰੀ ਮੰਮੀ ਅਸੀਂ ਇੱਥੇ ਆ ਗਏ ਪੱਕੇ ਤੌਰ ਤੇ ਸਾਨੂੰ ਉਹਨਾਂ ਨੇ 27 ਮਹੀਨਿਆਂ ਦਾ ਵੀਜ਼ਾ ਦਿੱਤਾ ਠੀਕ ਹੈ ਤੇ ਹੁਣ ਸਾਨੂੰ ਕਿਹਾ ਕਿ ਤੁਸੀਂ ਲਾਈਫ ਇਨ ਯੂਕੇ ਦਾ ਟੈਸਟ ਤੇ B1 ਦਾ ਕੋਰਸ ਕਰੋਗੇ ਫੇਰ ਹੀ ਤੁਹਾਨੂੰ ਇਨਡੈਫੀਨੇਟ ਸਟੇ ਮਿਲੂਗੀ ਹੁਣ ਸਾਡਾ ਵੀਜ਼ਾ ਮੰਗਲਵਾਰ ਨੂੰ ਫਿਨਿਸ਼ ਹੋ ਜਾਣਾ ਸੀ ਪੇਪਰ ਅਪਲਾਈ ਕਰਨੇ ਆ ਤੇ ਪਰ ਮੈਂ ਤਾਂ ਪਾਸ ਕਰ ਲਿਆ ਲਾਈਫ ਇਨ ਯੂਕੇ ਦਾ ਪਰ ਮੇਰੀ ਮੰਮਾ ਨੇ ਹਜੇ ਕੀਤਾ ਨੀ ਪਾਸ ਤੇ ਹੁਣ ਤੁਸੀਂ ਸਾਨੂੰ ਸਲਾਹ ਦੇ ਸਕਦੇ ਆ ਕਿ ਮੈਨੂੰ ਆਪਣੇ ਵੀਜ਼ਾ ਐਕਸਟੈਂਸ਼ਨ ਕਰਵਾਉਣਾ ਚਾਹੀਦਾ ਆ ਕਿ ਇਨਡੈਫੀਨੇਟਲੀ ਅਪਲਾਈ ਕਰਨਾ ਚਾਹੀਦਾ ਆ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਤੁਸੀਂ ਤਾਂ ਕਾਫੀ ਪ੍ਰੋਬਲਮ ਇਹਦੀ ਪੈ ਗਏ ਹੁਣ ਤੁਸੀਂ ਕਿਉਂਕਿ ਤੁਹਾਨੂੰ ਕਾਫੀ ਪ੍ਰੋਬਲਮ ਹੋ ਜਾਊਗੀ ਤੇ ਜ਼ਿਆਦਾ ਬਿਹਤਰ ਹੈ ਤੁਸੀਂ ਇਨਡੈਫੀਨਿਟ ਸਟੇ ਵਾਸਤੇ ਅਪਲਾਈ ਕਰਦੇ ਹੋ ਲੇਕਿਨ ਜ਼ਿਆਦਾ ਬਿਹਤਰ ਸੀ ਕਿ ਤੁਸੀਂ ਪਹਿਲੇ ਕਿਸੇ ਵਕੀਲ ਤੋਂ ਐਡਵਾਈਸ ਲੈ ਲੈਣੇ ਅਗਰ ਤਾਂ ਟੈਸਟ ਪਾਸ ਨਹੀਂ ਹੋਣਾ ਸੀ ਤੇ ਫਿਰ ਕੋਈ ਸਰਟੀਫਿਕੇਟ ਵਗੈਰਾ ਬਣਵਾ ਕੇ ਦੇ ਦੇਣਾ ਸੀ ਕਿ ਉਹ ਟੈਸਟ ਕਿਉਂ ਨਹੀਂ ਪਾਸ ਹੋ ਰਿਹਾ ਬਟ ਇਟਸ ਟੂ ਲੇਟ ਤੇ ਜ਼ਿਆਦਾ ਬਿਹਤਰ ਹੈ ਤੁਸੀਂ ਇਨਡੈਫੀਨਿਟ ਸਟੇ ਵਾਸਤੇ ਐਪਲੀਕੇਸ਼ਨ ਪਾ ਦਿਓ ਤੁਹਾਡੀ ਕੱਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਜੀ ਸਤਿ ਸ੍ਰੀ ਅਕਾਲ ਭਾਜੀ ਮੇਰਾ ਕੇਸ ਜਿੱਦਾਂ ਲੱਗਿਆ 12 ਦਾ ਲੱਗਾ ਆਪਣੇ ਲਾਇਆ ਠੀਕ ਹੈ EA ਦਾ ਲਾਇਆ ਠੀਕ ਤੇ ਹਲੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਤਾਂ ਤੁਸੀਂ ਯੂਕੇ ਕਦੋਂ ਆਏ ਸੀ ਹੋ ਮੈਂ ਯੂਕੇ 2007 ਚ ਆਇਆ ਤੇ ਮੈਰਿਜ ਦਾ ਕੇਸ ਹੈ ਕਿਸ ਤਰ੍ਹਾਂ ਦਾ ਕੇਸ ਹੈ ਨਹੀਂ ਕੇਅਰਿੰਗ ਦਾ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਇਸ ਦੇ ਵਿੱਚ ਕੋਈ 100% ਚਾਂਸਿਸ ਨੇ ਕਿ ਤੁਹਾਡੇ ਹੱਕ ਵਿੱਚ ਫੈਸਲਾ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਕੇਅਰਿੰਗ ਤੇ ਕਾਫੀ ਡਿਫੀਕਲਟ ਹੋਣਾ ਹੈ ਤੁਹਾਨੂੰ ਇੱਥੇ ਸਟੇ ਮਿਲਣਾ ਅਗਰ ਤਾਂ ਤੁਸੀਂ ਹੁਣ ਮੈਂ ਪਤਾ ਨਹੀਂ ਕੇਸ ਕਿੱਥੇ ਤੱਕ ਪਹੁੰਚਿਆ ਤੁਸੀਂ ਫੀ ਤੁਸੀਂ ਪੇ ਕੀਤੀ ਹੈ ਜਾਂ ਨਹੀਂ ਕੀਤੀ ਹੈ ਲੇਕਿਨ ਕੇਅਰ ਨਾਲ ਕਾਫੀ ਮੁਸ਼ਕਲ ਉਸਦੇ ਸਟੇ ਮਿਲਣਾ ਲੇਕਿਨ ਅਗਰ ਤੁਹਾਡਾ ਕੇਸ ਚੱਲ ਰਿਹਾ ਤਾਂ ਮੈਂ ਇਹ ਕਹਾਂਗਾ ਕਿ ਚੁੱਪ ਕਰਕੇ ਕੇਸ ਇਸ ਨੂੰ ਚੱਲਣ ਦਿਓ ਤੁਹਾਡੀ ਕੱਲ ਦਾ ਸ਼ੁਕਰੀਆ ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ ਜੀ ਮੈਨੂੰ ਆਪਣਾ ਕੁਐਸਚਨ ਪੁੱਛਣਾ ਆਪਸੇ ਜੀ ਪੁੱਛੇ
میں نے آپ کو بھی بتایا تھا ہمیں ادھر سات سال کا کیس لگایا تھا, تو مجھے تو نو سال ادھر ہو گیا ہے, میرے بچے کو بھی, اور ابھی جولائی میں دس سال ہو جائیں گے ہماری ہیئرنگ سے پہلے, اور میرے ہسبینڈ کو 12 سال. بچوں کے فنگر پرنٹس نہیں ہوئے, جسٹ میرے اور میرے ہسبینڈ کے ہوئے تھے. تو ہم کیا کریں, اور آپ کا نمبر اگر آپ کو مجھے کرنا پڑے ایز اے کورٹ جانے کے لیے, تو میں کیا کروں؟ جی آپ کی کال کا شکریہ. پہلی بات یہ کہ آپ کہ اگر اپیل کی ہیئرنگ ڈیٹ ہے تو اس میں وہ ہیئرنگ پہ کنسنٹریٹ کریں, کیونکہ جب کورٹ میں جائیں گے اس بچوں کے ساتھ 7 سال پورے ہو چکے ہیں, تو اس میں آپ کے چانسز ہیں کہ آپ کے وہاں سے ہو جانا چاہیے. میرا بڑا بیٹا 14 سال کا اس وقت, وہ آیا تھا 4 سال کا. جی ہاں, بس اس کو آگے فائٹ کریں تو چانسز ہیں کہ آپ کا کورٹ. آپ سے رابطہ میں کیسے کر سکتی ہوں؟ مجھے آپ یہ آپ ٹیل یہ پروگرام دیکھتے رہیے گا, اسی میں ایڈز چلتی رہتی ہے, وہاں سے آپ کو ڈیٹیل مل جائیں گی. جی ٹھیک ہے, ٹھیک ہے, کال کا شکریہ. دیکھتے ہیں دیکھتے ہیں ساڑھے اگلے کالر کون نے. جی ہلو, جی تجھے گل کرو. جی ہلو, جی السلام علیکم. جی وعلیکم. سر جی میں تھنو میں پر سوال پوچھ رہا ہوں, تو پھر تجھے میں ٹی وی تے جواب دیو مہربانی. اسی جی میں کیس اپلائی کیتا سی, تے میں کیس میرا کیس ریفیوز ہویا سی فرسٹ ٹائم, دین میں اپیل ون کیتی ہے, پھر انہوں نے میرا ریپلائی میں ہوم آفس میرا پاسپورٹ واپس نہیں بھیجا ہے, ہوں میں شادی کرنے جانا, میں اپیل لیکن کی لیکن کافی عرصہ اگر نے واپس ریپلائی کوئی نہیں کیتا. ٹھیک ہے جی, تہاڈی گل دا شکریہ. ਤੁਹਾਡੀ ਕੱਲ ਦਾ ਸ਼ੁਕਰੀਆ. ਅਗਰ ਤਾਂ ਤੁਸੀਂ ਵਿਆਹ ਕਰਦੇ ਹੋ ਤਾਂ ਇਮੀਗ੍ਰੇਸ਼ਨ ਵਾਲੇ ਤੁਹਾਡਾ ਪਾਸਪੋਰਟ ਵਾਪਸ ਨਹੀਂ ਕਰਨਗੇ, ਕਿਉਂਕਿ ਉਹਨਾਂ ਦੀ ਪਾਲਿਸੀ ਹੈ ਤੁਹਾਡਾ ਪਾਸਪੋਰਟ ਆਪਣੇ ਕੋਲ ਰੱਖਣੇ, ਲੇਕਿਨ ਤੁਸੀਂ ਉਹਨਾਂ ਨੂੰ ਚਿੱਠੀ ਲਿਖ ਕੇ ਸੈਟਿਸਫਾਈਡ ਕਾਪੀ ਉਸਦੀ ਮੰਗਵਾ ਸਕਦੇ ਹੋ. ਅਗਰ ਤੁਹਾਡੇ ਕੋਲ ਸੈਟਿਸਫਾਈਡ ਕਾਪੀ ਹੈ, ਉਹ ਜਿਹੜੇ ਮੈਰਿਜ ਵਾਲਾ ਆਫਿਸ ਹੈ ਉਸ ਨੂੰ ਐਕਸੈਪਟ ਕਰ ਲੈਂਦੇ ਨੇ, ਤੁਸੀਂ ਹੋਮ ਆਫਿਸ ਨੂੰ ਜਿੱਦਾਂ ਜਲਦੀ ਹੋ ਸਕੇ ਥਰੂ ਈਮੇਲ ਜਾਂ ਚਿੱਠੀ ਕਰਕੇ ਆਪਣੇ ਪਾਸਪੋਰਟ ਦੀ ਅਟੈਸਟਿਡ ਫੋਟੋ ਕਾਪੀ ਮੰਗਵਾ ਲਿਓ, ਉਸ ਦੇ ਉੱਪਰ ਤੁਸੀਂ ਆਪਣਾ ਜਿਹੜੀ ਮੈਰਿਜ ਹੈ ਉਹ ਰਜਿਸਟਰਡ ਕਰ ਸਕਦੇ ਹੋ. ਤੁਹਾਡੀ ਕੱਲ ਦਾ ਸ਼ੁਕਰੀਆ. ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ. ਜੀ ہیلو. جی ہلو. جی ہاں جی ملک صاحب, میں پتہ کرنا سکا. جی میری مدر اتنے رجسٹر آئی ہوئی ہے, 2 سال کا ویزا ہے, اگے بھی دو تین دفعہ اتنے آ گئی ہے. ہلو. جی جی ہاں جی, تو اسی وہ پتہ کرنا سکا بھی اسی اتو اپلائی کر سکتے, کیونکہ تھوڑی پرابلم ہے, میرا جو بردر ہے وہ چاہتا نہیں واپس مڑ کے لیا. ایج کتنی ہے تاری ممی دی؟ ہاں جی ماتا جی دی ایج کتنی ہے؟ ہوم آفس دی ایک پالیسی ہے کہ اگر کسی دے پیرنٹس اوور 65 ہو جان, انہوں نے اتھو ریمو یا ڈپورٹ نہیں کیتا جا سکنا. اس پالیسی دے تحت انہوں دی جڑی اپلیکیشن ہے اتھے سٹے واسطے اگر پانا چاہو تو تسی پا سکتے ہو. تہاڈی کال دا شکریہ. ویکھدے ہاں نیکسٹ کالر کون نے. جی ہیلو. جی ہیلو, جی سات شری اکال. میں آیا اتنے 2005 دا, میرے پروف جو ڈاکٹر بنیا 2009 چ بنیا ہے. ٹھیک ہے, کیس کدا میں لا سکتا کہ نہیں؟ جی تہاڈی کال دا شکریہ. اگر پنج کیس لایا ہونا تہاڈا سٹے تو بہت پہلے ہو گیا ہو گیا ہونا. برحال اگر تہاڈے کول پروف ہے کہ 2009 تو لے کے ہن بھی اتھے رہ رہے ہو, پھر بھی تسی اگر اپنا کیس اپلائی کرنا چاہو تو تسی اپنا کیس لا سکتے ہو. 2009 نی بیسس تے بھی تہاڈا کیس لگ سکتا ہے. کال دا شکریہ. ویکھتے ہیں نیکسٹ کالر کون نے. جی ہیلو. جی جی تسی گل کرو. جی جی میں تہاڈے نال گل کرنا چاہنا مرچ. جی بالکل گل کرو. جی تسی آنے. ایکچولی میں اپنے منڈے واسطے گل کرنی ہے تہاڈے نال. جی میرا منڈا ایکچولی 2009 چ آیا سی. ٹھیک ہے, تے کیس لایا 4-5 مہینے پہلے نا. ٹھیک ہے, اسائلم دا. ٹھیک, تے ہن مطلب ڈیٹ فنگر وغیرہ ہو گئے نا سارے نا. اچھا, فرسٹ انٹرویو بھی ہو گئی ہے. ٹھیک, تے ہن اگے کی اس دی ایج کتنی ہے؟ اور ایک سوال پوچھنا ہے میں اپنے بارے بھی, اس دی ایج کتنی ہے بچے دی؟ او دی ایج جدو آیا سی ادو 12 سال سی, ہوں 18 سال کراس کر گیا سر. ٹھیک ہے, اچھا کیا پتا اور کیا کوشچن ہے؟ جی تو بس یہ ایک سوال ہے کہ اور بھی کچھ پوچھتا ہے؟
ਜੀ ਤੁਹਾਡੀ ਕਾਲ ਦਾ ਸ਼ੁਕਰੀਆ, ਮੈਨੂੰ ਲੱਗਣਾ ਤੁਹਾਡੀ ਕਾਲ ਡਰਾਪ ਹੋ ਗਈ ਹੈ। ਅਸਲ ਜਿਹੜਾ ਬੰਦਾ 12 ਸਾਲ ਦਾ ਉਸਨੂੰ ਤਾਂ ਆਪਣੇ ਮੁਲਕ ਦੀ ਕੋਈ ਪ੍ਰੋਬਲਮ ਨਹੀਂ ਹੈ, ਉਸਦਾ ਅਸਾਇਲਮ ਕੇਸ ਤੇ ਨਹੀਂ ਹੋ ਸਕਣਾ ਸੀ, ਅਲਬਤਾ ਕਿਉਂਕਿ ਉਸਨੂੰ 6 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ, 7 ਸਾਲ ਹੋਣੇ ਵਾਲੇ ਨੇ, ਤਾਂ ਇਸ ਬੇਸ ਤੇ ਅਗਰ ਐਪਲੀਕੇਸ਼ਨ ਪਾਉਣਾ ਹੈ ਤਾਂ ਉਹ ਪਾ ਸਕਦਾ ਹਿਊਮਨ ਰਾਈਟਸ ਦੀ ਬੇਸਿਸ ਤੇ, ਅਤੇ ਜ਼ਿਆਦਾ ਬਿਹਤਰ ਕਿਸੇ ਵਕੀਲ ਨੂੰ ਪੇਪਰ ਦੱਸ ਕੇ ਤੁਸੀਂ ਐਡਵਾਈਸ ਲੈ ਲਿਓ, ਕਿਉਂਕਿ ਅਸਾਇਲਮ ਜਿਹੜੇ ਅਨਰੇਜ ਲੋਕ ਨੇ 12-13 ਸਾਲ ਦੇ ਯੂਕੇ ਹਨ, ਉਹਨਾਂ ਦੀ ਆਪਣੀ ਅਸਾਇਲਮ ਐਪਲੀਕੇਸ਼ਨ ਨਹੀਂ ਆਉਂਦੀ ਹੈ, ਅਤੇ ਬਹਰਹਾਲ ਕਿਸੇ ਵਕੀਲ ਨੂੰ ਸਾਰੇ ਪੇਪਰ ਦੱਸ ਕੇ ਉਹਨੇ ਤੋਂ ਐਡਵਾਈਸ ਲੈ ਲਿਓ, ਐਡਵਾਈਸ ਲੱਭ ਲਿਓ। ਤੁਹਾਡੀ ਕਾਲ ਦਾ ਸ਼ੁਕਰੀਆ, ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ ਤੁਸੀਂ ਗੱਲ ਕਰੋ ਜੀ। ਮਾਲਕ ਸਾਹਿਬ ਜੀ, ਮਾਲਕ ਸਾਹਿਬ ਅਸੀਂ ਇੱਥੇ 14 ਸਾਲ ਦੇ ਆਏ ਆ, ਸਾਡਾ ਇਹਨਾਂ ਨੇ ਕੇਸ ਰਿਫਿਊਜ ਕਰਤਾ ਆ ਜਿੱਦਾਂ ਨਾ, ਠੀਕ ਹੈ, ਤੇ ਹੁਣ ਅਸੀਂ ਕੋਰਟ ਚ ਜਾਈਏ ਫਿਰ ਤੁਹਾਡਾ ਨੰਬਰ ਲੈ ਕੇ ਜਾਂ ਤੁਸੀਂ ਮੇਰੀ ਫਾਈਲ ਚੱਕੋਗੇ ਜਾਂ ਕੀ ਹੋਣਾ ਚਾਹੀਦਾ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ, ਅਗਰ ਤਾਂ ਤੁਹਾਨੂੰ ਆਏ ਇਤਨਾ ਅਰਸਾ ਹੋ ਗਿਆ ਤਾਂ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, ਤੇ ਜਿਤਨਾ ਜਲਦੀ ਹੋ ਸਕੇ ਇਸ ਨੂੰ ਅੱਗੇ ਤੁਸੀਂ ਕੋਰਟ ਦੇ ਵਿੱਚ ਲੈ ਜਾਓ ਤੇ ਜ਼ਿਆਦਾ ਬਿਹਤਰ ਰਹੇਗਾ। ਤੁਹਾਡੀ ਕਾਲ ਦਾ ਸ਼ੁਕਰੀਆ, ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ ਤੁਸੀਂ ਗੱਲ ਕਰੋ ਜੀ। ਸਰ ਜੀ ਮੈਂ ਤੁਹਾਡੇ ਨਾਲ ਕਾਲ ਕੀਤੀ ਸੀ ਥੋੜੀ ਦੇਰ ਪਹਿਲਾਂ, ਤੁਸੀਂ ਕਹਿ ਰਹੇ ਸੀ ਕਿ ਹੋਮ ਆਫਿਸ ਤੋਂ ਚਿੱਠੀ ਪਾਓ ਤੇ ਉਹ ਤੁਹਾਨੂੰ ਐਟੈਸਟਿਡ ਕਾਪੀ ਭੇਜ ਦੇਣਗੇ ਸ਼ਾਦੀ ਵਾਸਤੇ। ਮੈਂ ਉਹਨੇ ਕੀ ਚਿੱਠੀ ਪਾਈ ਸੀ, ਲੇਕਿਨ ਉਹਨੇ ਮੈਂ ਵਾਪਸ ਲੈਟਰ ਦੋ ਦਫ਼ਾ ਮੈਂ ਪਹਿਲੇ ਚਿੱਠੀ ਲਿਖੀ ਆ ਉਹਨਾਂ ਦਾ, ਉਹਨੇ ਵਾਪਸ ਕੋਈ ਜਵਾਬ ਨਾ ਸੀ ਦਿੱਤਾ। ਲਾਸਟ ਟਾਈਮ ਉਹਨੇ ਜਵਾਬ ਦਿੱਤਾ ਕਿ ਅਸੀਂ ਐਟੈਸਟਿਡ ਕਾਪੀ ਨਾ ਭੇਜ ਸਕਦੇ ਕਿਉਂਕਿ ਅਪੀਲ ਤੇਰੀ ਪੈਂਡਿੰਗ ਹੈ। ਅਸੀਂ ਜੋ ਟਾਇਕ ਨੇ, ਮੈਂ ਟਾਇਕ ਦਾ ਲੈਟਰ ਭੇਜਿਆ ਸੀ, ਉਹ ਟਾਇਕ ਨਾਲ ਮਸਲਾ ਲੱਗਿਆ, ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਟਾਇਕ ਦੀ, ਵੀ ਵਿਲ ਕੀਪ ਇਨ ਟੱਚ ਵਿਦ ਯੂ ਸੋਨ। ਕੋਈ ਨਾ ਕੋਈ ਨਾ ਕੀਤਾ, ਫਿਰ ਮੈਂ ਡੇਟ ਬੁੱਕ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਹਨਾਂ ਹੈ ਸੀ ਕਿ ਅਸੀਂ ਪਹਿਲੇ ਹੋਮ ਆਫਿਸ ਕੋਲ ਪਰਮਿਸ਼ਨ ਲਿਓ, ਤਾਂ ਇਸ ਤੱਕ ਹੀ ਹੋਣਾ। ਜੀ ਤੁਹਾਡੀ ਕਾਲ ਮੈਂ ਥੋੜਾ ਡਰ ਰਿਹਾ ਕਿ ਐਸਾ ਨਾ ਅੱਗੋਂ ਮੈਂ ਕਿਹਾ ਕਤਲ ਲੋ। ਜੀ ਤੁਹਾਡੀ ਕਾਲ ਦਾ ਸ਼ੁਕਰੀਆ, ਜ਼ਿਆਦਾ ਬਿਹਤਰ ਹੈ ਕਿ ਤੁਸੀਂ ਕਿਸੇ ਵਕੀਲ ਨਾਲ ਜਾਂ ਆਪਣੇ ਵਕੀਲ ਦਾ ਮਸ਼ਵਰਾ ਕਰ ਲਿਓ, ਉਹਨਾਂ ਨੂੰ ਪੇਪਰ ਦੱਸ ਕੇ, ਕਿਉਂਕਿ ਤੁਹਾਡਾ ਕੇਸ ਕੋਈ ਕਾਫੀ ਗੜਬੜ ਲੱਗਦੀ ਹੈ। ਇੱਕ ਤਾਂ ਟਵਿਕ ਦੀ ਵਜ੍ਹਾ ਨਾਲ ਉਹ ਜਿੰਨੇ ਬੰਦੇ ਟਵਿਕ ਦੇ ਸਰਟੀਫਿਕੇਟ ਯੂਜ਼ ਕੀਤੇ ਸੀ ਉਹਨੇ ਤਾਂ ਸਾਰਿਆਂ ਨੂੰ ਪਕੜ ਕੇ ਵਾਪਸ ਭੇਜ ਰਹੇ ਨੇ, ਕਿਉਂਕਿ ਤੁਹਾਡੀ ਅਪੀਲ ਚੱਲ ਰਹੀ, ਇਸ ਵਜ੍ਹਾ ਨਾਲ ਤੁਹਾਨੂੰ ਵਾਪਸ ਨਹੀਂ ਭੇਜ ਸਕਦੇ ਨੇ। ਜ਼ਿਆਦਾ ਬਿਹਤਰ ਹੈ ਕਿਸੇ ਆਪਣੇ ਕਿਸੇ ਚੰਗੇ ਵਕੀਲ ਨੂੰ ਜਾਂ ਆਪਣੇ ਵਕੀਲ ਤੋਂ ਐਡਵਾਈਸ ਲੈ ਲਿਓ। ਤੁਹਾਡੀ ਕਾਲ ਦਾ ਸ਼ੁਕਰੀਆ, ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ, ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ, ਸਲਾਮ ਅਲੈਕੁਮ ਜੀ। ਜੀ ਵਾਲੇਕੁਮ ਸਲਾਮ ਸਰ, ਇਹ ਡਿਸਕਸ਼ਨ ਲੀਵ ਪੇ ਹੈ, 3-3 ਸਾਲ ਕੀ ਜੋ ਮਿਲਤੀ ਹੈ, 6 ਸਾਲ ਕੀ ਜੋ ਰਿਨਿਵਲ ਹੋਗਾ, ਠੀਕ। ਹੈਲੋ ਜੀ, ਹਾਂ ਬਿਲਕੁਲ, ਤੋ ਉਸਕੇ ਬਾਅਦ ਉਨਕੋ ਲਾਈਫ ਇਨ ਯੂਕੇ B1 ਕੀ ਜ਼ਰੂਰਤ ਹੈ ਕਿ ਨਹੀਂ ਹੈ? ਨਹੀਂ ਜੀ, ਆਪਕੋ ਜ਼ਰੂਰਤ ਨਹੀਂ ਹੈ। ਵੋ ਲੋਗ ਜੋ ਕਿ 6 ਸਾਲ ਡਿਸਕਸ਼ਨ ਲੀਵ ਕੇ ਉਪਰ ਪੂਰੇ ਕਰ ਲੇ, ਵੋ ਜਬ ਅਪਲਾਈ ਕਰਨ ਲਗੇ ਉਨਕੋ B1 ਕੀ ਜ਼ਰੂਰਤ ਨਹੀਂ ਹੈ ਨਾ? ਜੀ, ਆਪਕੋ ਜ਼ਰੂਰਤ ਨਹੀਂ ਹੈ। ਕਾਲ ਕਾ ਸ਼ੁਕਰੀਆ, ਵੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ, ਹੈਲੋ ਜੀ, ਤੁਸੀਂ ਗੱਲ ਕਰੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਮਲਕ ਜੀ। ਸਤਿ ਸ੍ਰੀ ਅਕਾਲ ਜੀ ਮਲਕ ਜੀ, ਅਸੀਂ ਹਿਊਮਨ ਰਾਈਟਸ ਤੇ ਕੇਸ ਲਾਇਆ ਸੀ ਤੇ ਸਾਨੂੰ ਸਟੇ ਮਿਲ ਗਈ ਸੀ ਇੱਥੇ, ਠੀਕ ਹੈ, ਤੇ ਸਾਡੇ ਪਾਸਪੋਰਟ ਗੁੰਮ ਹੋ ਗਏ ਸੀ ਤੇ ਅਸੀਂ ਪਾਸਪੋਰਟ ਅਪਲਾਈ ਕਰਨ ਲਈ ਪੇਪਰ ਪੁੱਛੇ ਸੀ। ਸਾਨੂੰ ਇੱਕ ਯੂਕੇ BA ਦੀ ਲੈਟਰ ਚਾਹੀਦੀ ਸੀ ਉਹਨਾਂ ਵੱਲੋਂ ਪਾਸਪੋਰਟ ਅਪਲਾਈ ਕਰਨ ਲਈ, ਠੀਕ, ਤੇ ਉਹ ਵੀ ਅਸੀਂ ਫੀਸ ਭਰ ਕੇ ਕਰਤਾ ਹੈ, ਪਰ ਉਹਦੀ ਲੈਟਰ ਕਦੋਂ ਤੱਕ ਆਉਂਦੀ ਹੁੰਦੀ ਹੈ, ਕਿੰਨੇ ਕੁ ਦਿਨ ਲੱਗ ਜਾਂਦੇ ਆ? ਤਾਂ ਹੁਣ ਤੁਹਾਡਾ ਕੁਐਸਚਨ ਕੀ ਹੈ? ਵੀ ਸਾਨੂੰ ਉਹਨਾਂ ਦੀ ਇੱਕ ਲੈਟਰ ਚਾਹੀਦੀ ਸੀ, ਉਹ ਕਹਿੰਦੇ ਸੀ ਯੂਕੇ BLA ਦਾ ਇੱਕ ਤੁਹਾਨੂੰ ਲੈਟਰ ਚਾਹੀਦੀ ਪਾਸਪੋਰਟ ਅਪਲਾਈ ਕਰਨ ਲਈ। ਜੀ ਤੁਹਾਡੀ ਕਾਲ ਲੈਟਰ ਕਿਹੜੀ ਹੁੰਦੀ ਹੈ ਤੇ ਉਹ ਕਦੋਂ ਤੱਕ ਆ ਜਾਂਦੀ ਹੁੰਦੀ ਹੈ? ਜੀ ਤੁਹਾਡੀ ਕਾਲ ਦਾ ਸ਼ੁਕਰੀਆ, ਅਸਲ ਚ ਅਗਰ ਤੁਸੀਂ ਇੰਡੀਅਨ ਹਾਈ ਕਮਿਸ਼ਨ ਚ ਅਪਲਾਈ ਕੀਤਾ ਕਿ ਤੁਹਾਨੂੰ ਇੰਡੀਅਨ ਪਾਸਪੋਰਟ ਮਿਲਣਾ ਚਾਹੀਦਾ ਕਿਉਂਕਿ ਪੁਰਾਣਾ ਪਾਸਪੋਰਟ ਗੁਆਚ ਗਿਆ, ਉਸ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਮੇਕ ਸ਼ੋਰ ਕਰਦੇ ਨੇ ਕਿ ਤੁਸੀਂ ਬ੍ਰਿਟਿਸ਼ ਨੈਸ਼ਨੈਲਿਟੀ ਨਹੀਂ ਲਿੱਤੀ ਹੈ, ਇਸ ਵਾਸਤੇ ਤੁਸੀਂ ਇੱਕ ਐਪਲੀਕੇਸ਼ਨ ਕਰਨੀ ਪਏਗੀ। ਜ਼ਿਆਦਾ ਬਿਹਤਰ ਕਿਸੇ ਵਕੀਲ ਦੇ ਥਰੂ ਅਪਲਾਈ ਕਰੋ, ਉਸ 'ਤੇ ਫੀ ਵੀ ਪੇ ਕਰਨੀ ਪੈਣੀ ਹੈ। ਉਹ ਐਪਲੀਕੇਸ਼ਨ ਕਰੋਗੇ ਇੱਥੇ ਹੋਮ ਆਫਿਸ ਜਿਹੜਾ ਲਿਵਰਪੂਲ ਹੈ ਉਸ ਦਫ਼ਤਰ ਜਾਏਗੀ, ਉਹ ਫਿਰ ਤੁਹਾਨੂੰ ਇੱਕ ਸਰਟੀਫਿਕੇਟ ਇਸ਼ੂ ਕਰਨਗੇ, ਇੱਕ ਚਿੱਠੀ ਲਿਖਣਗੇ ਕਿ ਜੇ ਤੁਸੀਂ ਬ੍ਰਿਟਿਸ਼ ਨੈਸ਼ਨੈਲਿਟੀ ਨਹੀਂ ਲਿੱਤੀ ਹੈ, ਫਿਰ ਤੁਸੀਂ ਉਹ ਲੈਟਰ ਲੈ ਕੇ ਇੰਡੀਅਨ ਹਾਈ ਕਮਿਸ਼ਨ ਜਾਓਗੇ, ਉਹ ਫਿਰ ਤੁਹਾਨੂੰ ਪਾਸਪੋਰਟ ਇਸ਼ੂ ਕਰ ਦੇਣਗੇ, ਕਿਉਂਕਿ ਇੱਕ ਟਾਈਮ ਹੀ ਤੁਸੀਂ 2 ਪਾਸਪੋਰਟ ਨਹੀਂ ਰੱਖ ਸਕਦੇ ਹੋ। ਇਸ ਵਜ੍ਹਾ ਦੇ ਨਾਲ ਇੰਡੀਅਨ ਹਾਈ ਕਮਿਸ਼ਨ ਵਾਲੇ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਕਿ ਤੁਹਾਡੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਨਹੀਂ ਹੈ। ਤੁਹਾਡੀ ਕਾਲ ਦਾ ਸ਼ੁਕਰੀਆ, ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਓਕੇ, ਥੈਂਕ ਯੂ। ਹੈਲੋ ਜੀ, ਜੀ ਹੈਲੋ ਜੀ, ਗੱਲ ਕਰੋ ਜੀ। ਹੈਲੋ, ਅਸਲਾਮ ਅਲੈਕੁਮ ਸਾਹਿਬ ਜੀ। ਜੀ ਵਾਲੇਕੁਮ ਸਲਾਮ ਜੀ। ਹਾਂਜੀ ਮਲਕ ਸਾਹਿਬ ਜੀ, ਬਾਤ ਕਰੇ। ਹਾਂਜੀ, ਮੈਨੇ ਆਪਸੇ ਜੀ ਪੁੱਛਣਾ ਥਾ, ਜੈਸੇ ਮੇਰੀ ਫੈਮਿਲੀ ਕਾ 5 ਸਾਲ ਕਾ ਵੀ ਯਹਾਂ ਪਰ ਏਜੰਸੀ ਮਿਲਾ ਹੁਆ, ਜੈਸੇ ਯੂਰੋਪੀਅਨ ਇੰਡੀਪੈਂਡੈਂਟ ਹੈ, ਤੋ ਉਸ
جب کا ریسپشن اصل میں آپ کی جو کال ہے وہ بات نہیں ہم سن سکے چونکہ آپ کی کال کٹ کٹ کے آ رہی تھی تو آواز نہیں آئی آپ دوبارہ فون کر لیں کال کا شکریہ بھیج دیں سارے نیکسٹ کالر کون ہے جی جی السلام علیکم وعلیکم السلام جی میں لیگل ہوں ادھر میں نے ریفیوجی کے ڈیپینڈنٹ پری فلائٹ ایف ایل آر او اپلیکیشن ڈالی تھی انہوں نے مجھے انٹرویو کے لیے بلا لیا ہوم آفس میں اگلے ہفتے تو مجھے اب مسئلہ ہے کہ وہ میرے سے کیا سوال پوچھیں گے آپ نے کیا اپلیکیشن ڈالی تھی ایف ایل آر او ڈالی تھی آن دی بیسز آف ریفیوجی ڈیپینڈنٹ پری فلائٹ ٹھیک ہے جی آپ کی کال کا شکریہ آپ وہی کہ اسٹیبلش کرنا چاہیں گے کہ آپ کی جو ریلیشن شپ ہے یا آپ کی جو شادی ہے وہ جینوئن ہے کہ نہیں ہے اس کو اسٹیبلش کرنے کے لیے انہوں نے آپ کو انٹرویو کے لیے بلایا ہے تو اب اگر بلایا تو پھر آپ کو جانا پڑے گا تو اگر پارٹنر کو بھی لایا پھر پارٹنر کو بھی ساتھ لے کر انٹرویو اٹینڈ کریں کال کا شکریہ دیکھ دیں سڑے اگلے کالر کون نے جی ہیلو جی جی تھی گل کرو جی ہیلو ملک صاحب جی ہیلو جی تھی گل کرو جی ہاں جی ملک صاحب میں پوچھنا چاہنا میں اوور سٹے ہاں میں ورکنگ ہالیڈے میکر تے آ گئی تے میں برٹش پارٹ دا رہنا میری ایک ڈاٹر آ تے مینوں دسو میرا کسے کیٹیگری چ اپلائی ہو سکدا تے مینوں کسے سولیسٹر نے وی دسیا وی تسی یورپین فارم وی کوئی بھر سکتے ہاں تے میری وائف تو برٹش ہے تے میرے ڈاٹر نوں برٹش پاسپورٹ ملے پر میرے کول ویزا لنگیا ہویا میں اوور سٹے ہاں تے مینوں دسو میں ایتھوں اپلائی کر سکدا کی کر سکدا میری میرج نہیں ہوئی جی تہاڈی کال دا شکریہ جی تہاڈی کال دا شکریہ نے یورپ نہ تے ایویں تہاڈے سنگ کسے مذاق کیتا او تے کوئی نہیں کر سکدے ہو البتہ تہاڈی ریلیشن شپ ایتھے ہے اور تہاڈی ڈاکٹر وی ایتھے ہے تسی ہیومن رائٹس دے تحت اگر اپلیکیشن پانا چاہو تے تسی اس گراؤنڈ تے اپلیکیشن پا سکدے ہو ہیومن رائٹس دے تحت کیونکہ اگر تہاڈی ریلیشن شپ دو سال تو زیادہ چل جائے اس نو وہ ایکول ٹو میرج مان لیندے نے تہاڈی بچی بچہ وی ہو جائے تے پھر تہاڈا زیادہ پروف ہے تے تسی ہیومن رائٹس دے وچ اپلیکیشن پا سکدے ہو تہاڈی کال دا شکریہ ویکھتے ہیں نیکسٹ کالر کون نے جی ہیلو جی ہیلو جی تسی گل کرو جی ہیلو جی ہیلو جی تسی گل کرو جی ملک صاحب جی ہیلو جی تسی گل کرو جی لگنا کہ شاید کال ڈراپ ہو جائے جی تسی گل کرو جی ہیلو جی جی تسی گل کرو جی تہاڈا نمبر آ گیا جی میں پوچھنا سی جی میرے نا جدا سارا جی ਜਿਦਾਂ ਨਾ ਸਾਡਾ ਟੋਏ ਕਿਦਾਂ ਸੀਗਾ ਤੇ ਉਹਨਾਂ ਨੇ ਰਿਫਿਊਜ਼ਲ ਭੇਜਤੀ ਤੇ ਉਹਦੇ ਤੋਂ ਬਾਅਦ ਜਿੱਦਾਂ ਨਾ ਬੇਬੀ ਕਰਕੇ ਸਾਡੇ ਬੇਬੀ ਸੀ ਤੇ ਉਹਨਾਂ ਨੇ ਸਾਨੂੰ ਟੈਂਪਰਰੀ ਰਿਲੀਫ ਦੇਤੀ ਤੇ ਪਰ ਅਸੀਂ ਉਹਨਾਂ ਨੇ ਸਾਨੂੰ ਫਿੰਗਰਪ੍ਰਿੰਟ ਤੇ ਸੱਦਿਆ ਸੀਗਾ ਤੇ ਅਸੀਂ ਫਿੰਗਰਾਂ ਤੇ ਗਏ ਨੀ ਤੇ ਫਿਰ ਜੇ ਹੁਣ ਅਸੀਂ ਜਿੱਦਾਂ ਸਵਾ ਸਾਲ ਦੀ ਹੋ ਗਈ ਸਾਡੀ ਕੁੜੀ ਤੇ ਅਸੀਂ ਰੀਕਨਸੀਡਰ ਲਈ ਨਾਲ ਹੀ ਪਾਈ ਸੀਗੀ ਕਿਉਂਕਿ ਟੋਏ ਕਰਕੇ ਜਿੱਦਾਂ ਰਿਫਿਊਜ਼ ਸੀਗਾ ਲੇਕਿਨ ਜਿਹੜੇ 6 ਬੈਂਡ ਆਏ ਸੀ ਐਗਜ਼ਿਟ ਚੋਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਪੈਸੇ ਲੈ ਕੇ ਸਾਰੇ ਕੰਮ ਕਰ ਦਿੰਦੇ ਉਹ ਕਾਹਲੀ ਕਾਹਲੀ ਚ ਕਰਾ ਲਿਆ ਚਲੋ ਪਰ ਜਿੱਦਾਂ ਮਿਸਰੀ ਮੇਰੀ ਪੜ੍ਹਨੇ ਵੀ ਸੀਗੀ ਤੇ ਉਹਨਾਂ ਨੇ ਜਿੱਦਾਂ ਅਸੀਂ ਰੀਕਨਸੀਡਰ ਲਈ ਪਾਤੀ ਸੀ ਲੇਕਿਨ ਉਹਨੇ ਜਵਾਬ ਨੀ ਦਿੱਤਾ ਹਾਲੇ ਤੀ ਉਹਦਾ ਕੁਛ ਹੱਲ ਹੈਗਾ ਜਾਂ ਕਿੱਦਾਂ ਰੀਕਨਸੀਡਰ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਜਾਂ ਕਿੱਦਾਂ ਕੀ ਕਰੀਏ ਇਹ ਤੁਹਾਡੇ ਕਾਲ ਦਾ ਸ਼ੁਕਰੀਆ ਇਮੀਗ੍ਰੇਸ਼ਨ ਦੇ ਵਿੱਚ ਰੀਕਨਸੀਡਰ ਉਹ ਕੋਈ ਨੀ ਕਰਦੇ ਨੇ ਤੁਸੀਂ ਪਹਿਲੀ ਐਪਲੀਕੇਸ਼ਨ ਪਾਉਂਦੇ ਹੋ ਅਗਰ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਜਾਏ ਤੁਹਾਡੇ ਕੋਲ ਸਿਰਫ ਇਹ ਆਪਸ਼ਨ ਹੈ ਕਿ ਉਸਨੂੰ ਅੱਗੇ ਕੋਰਟ ਦੇ ਵਿੱਚ ਲੈ ਜਾਓ ਰੀਕਨਸੀਡਰੇਸ਼ਨ ਇਮੀਗ੍ਰੇਸ਼ਨ ਲਈ ਆਮ ਤੌਰ ਪਰ ਕੋਈ ਨੀ ਕਰਦੇ ਨੇ ਤੇ ਇਸ ਲਈ ਤੁਹਾਡਾ ਚੁੱਕੇ ਕੇਸ ਚੋਈ ਨਹੀਂ ਕੋਈ ਨੀ ਚੱਲ ਰਿਹਾ ਇਸ ਵਜ੍ਹਾ ਦੇ ਨਾਲ ਤੁਸੀਂ ਇੱਕ ਰਿਸਕ ਦੇ ਵਿੱਚ ਰਹਿ ਰਹੇ ਹੋ ਤੇ ਜ਼ਿਆਦਾ ਬਿਹਤਰ ਹੈ ਕਿਸੇ ਵਕੀਲ ਤੋਂ ਜਾਂ ਆਪਣੇ ਵਕੀਲ ਤੋਂ ਐਡਵਾਈਸ ਲੱਭ ਲਿਓ ਕੱਲ ਦਾ ਸ਼ੁਕਰੀਆ ਵਧੇ ਅਗਲੇ ਕਾਲਰ ਵਾਲ ਜੀ ਹੈਲੋ ਜੀ ਜੀ ਤੁਸੀਂ ਗੱਲ ਕਰੋ ਜੀ ਹੈਲੋ ਜੀ ਹਾਂਜੀ ਮੈਂ ਜਸਵਿੰਦਰ ਸਿੰਘ ਬੋਲਦਾ ਜੀ ਜੀ ਹਾਂਜੀ ਤੇ ਭਾਜੀ ਮੈਂ ਜਦੋਂ ਇੱਥੇ 2002 ਚ ਆਇਆ ਸੀ ਠੀਕ ਹੈ 2002 ਚ ਆਇਆ ਸੀ ਤਾਂ ਜਿੱਦਾਂ ਮੈਂ ਜਿਹੜਾ ਕੇਸ ਲਾਇਆ ਤੂੰ ਮੇਰਾ ਇਹਨੇ ਰਿਫਿਊਜ਼ ਕਰਤਾ ਸੀ ਮੈਂ 10 ਦੇ ਵਿੱਚ ਲਾਇਆ ਸੀਗਾ ਕੇਸ ਆਪਣਾ ਠੀਕ ਹੈ ਤੇ ਹੁਣ ਮੈਨੂੰ ਪੀ ਲਾਈ ਨੂੰ 5-6 ਮਹੀਨੇ ਹੋ ਗਏ ਜੀ ਉਹਨੇ ਮੈਨੂੰ ਕੁਝ ਦੱਸਿਆ ਨਹੀਂ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਅਗਰ ਤੁਸੀਂ 2002 ਚ ਆਸੋ ਤਦੋਂ ਸੇ ਕੇਸ ਲਾ ਦੇਣਾ ਚਾਹੀਦਾ ਸੀ ਫਿਰ ਤਾਂ ਤੁਹਾਡਾ ਬਹੁਤ ਪਹਿਲੇ ਸਟੇ ਹੋ ਜਾਣਾ ਚਾਹੀਦਾ ਸੀ ਤਾਂ ਜਿਹੜਾ ਕੇਸ ਰਿਫਿਊਜ਼ ਹੋ ਗਿਆ ਤੁਹਾਡੇ ਕੋਲ ਰਾਈਟ ਸੀ ਕਿ ਇਸ ਨੂੰ ਤੁਸੀਂ ਕੋਰਟ ਦੇ ਵਿੱਚ ਲੈ ਜਾਓ ਲੇਕਿਨ ਉਸ ਦੇ ਵਾਸਤੇ ਜਿਹੜੀ ਲਿਮਿਟ ਹੈ ਜਿਹੜਾ ਟਾਈਮ ਹੈ ਉਹ ਸਿਰਫ 3 ਮਹੀਨੇ ਹੋਣਾ ਅਗਰ ਤਾਂ ਤੁਹਾਡਾ ਕੇਸ ਫੈਸਲਾ ਹੋਵੇ 3 ਮਹੀਨੇ ਤੋਂ ਜ਼ਿਆਦਾ ਹੋ ਗਏ ਫਿਰ ਤੁਸੀਂ ਇਸ ਕੇਸ ਨੂੰ ਕੋਰਟ ਦੇ ਵਿੱਚ ਨਹੀਂ ਲੈ ਜਾ ਸਕਦੇ ਹੋ ਤਾਂ ਜ਼ਿਆਦਾ ਬਿਹਤਰ ਹੈ ਕਿਸੇ ਚੰਗੇ ਵਕੀਲ ਨੂੰ ਮਿਲ ਕੇ ਨਿਊ ਕੇਸ ਕੋਈ ਐਪਲੀਕੇਸ਼ਨ ਪਾ ਦਿਓ ਤੁਹਾਡੀ ਕੱਲ ਦਾ ਸ਼ੁਕਰੀਆ ਵਧਿਆ ਅਗਲੇ ਕਾਲਰ ਵਾਲ ਜੀ ਹੈਲੋ ਹੈਲੋ ਜੀ ਹੈਲੋ ਜੀ ਸਲਾਮ ਅਲੈਕਮ ਮਲਿਕ ਸਾਹਿਬ ਜੀ ਜੀ ਵਾਲੇਕੁਮ ਸਲਾਮ ਸਰ ਮੈਂ ਪੁੱਛਣਾ ਤੁਹਾਨੂੰ ਯੂਰੋਪੀਅਨ ਡਿਪੈਂਡੈਂਟ ਮੇਰੀ ਫੈਮਿਲੀ ਜਿੱਦਾਂ ਮੇਰੇ ਤੇ ਠੀਕ ਹੈ ਤੇ ਇੰਡੀਆ ਤੋਂ ਆਈ ਸੀ ਜਿੱਦਾਂ ਇੱਥੇ ਉਹਨਾਂ ਦੇ 5 ਸਾਲ ਦਾ ਜਿੱਦਾਂ ਵੀਜ਼ੇ ਲੱਗੇ ਹੋਏ ਆ ਹਾਜੀ ਠੀਕ ਹੈ
ਤੇ ਉਹਨਾਂ ਨੇ ਜਿੱਦਾਂ ਇੰਗਲਿਸ਼ ਟੈਸਟ ਵੀ ਉਹਨਾਂ ਨੂੰ ਕਰਨਾ ਪਊ, ਜਦੋਂ ਉਹਨਾਂ ਨੇ ਡਿਫਰੈਂਟ ਸਟੇ ਲੈਣੀ ਸੀ ਤੇ ਇੰਡੀਆ ਛੁੱਟੀ ਜਾ ਸਕਦੇ ਉਸ ਵੀਜ਼ੇ ਤੇ ਉਹ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਹਾਂ ਉਹ ਅਗਰ ਇੰਡੀਅਨ ਇਸ ਵੀਜ਼ੇ ਤੇ ਚਲੇ ਜਾਣ ਤਾਂ ਇੰਡੀਆ ਜਾ ਸਕਦੇ, ਉਹਨਾਂ ਦੇ ਟਰੈਵਲ ਤੇ ਕੋਈ ਪਾਬੰਦੀ ਨਹੀਂ। ਤਾਂ ਜਦੋਂ ਉਹ ਪਰਮਾਨੈਂਟ ਸਟੇ ਵਾਸਤੇ ਐਪਲੀਕੇਸ਼ਨ ਕਰਨਗੇ, ਉਹਨਾਂ ਨੂੰ ਇਸ ਦੀ ਕੋਈ ਲੋੜ ਨਹੀਂ ਪੈਂਦੀ ਹੈ ਕਿ ਉਹਨੇ ਲਾਈਫ ਇਨ ਯੂ ਕੇ ਟੈਸਟ ਪਾਸ ਕਰਨਾ ਹੈ। ਲੇਕਿਨ ਅਗਰ ਬ੍ਰਿਟਿਸ਼ ਨੈਸ਼ਨੈਲਿਟੀ ਵਾਸਤੇ ਅਪਲਾਈ ਕਰਨਗੇ ਫਿਰ ਉਸਦੇ ਵਾਸਤੇ ਲੋੜ ਪਏਗੀ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ। ਜੀ ਹੈਲੋ। ਜੀ ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਕਿ 7 ਈਅਰ ਚਾਈਲਡ ਪਾਲਿਸੀ ਤੇ ਅਸੀਂ ਅਪਲਾਈ ਕੀਤਾ ਸੀ ਜਦੋਂ ਸਾਨੂੰ ਰਿਫਿਊਜ਼ਲ ਹੋ ਕੇ, ਤੇ ਹੁਣ ਸਾਡੀ ਕੋਰਟ ਦੀ ਹੀਅਰਿੰਗ ਵਾਲਾ ਪ੍ਰੋਸੀਜਰ ਹੈ, ਕੋਰਟ ਦੀ ਹੀਅਰਿੰਗ ਆਈ ਸਾਨੂੰ ਹੁਣ। ਠੀਕ ਹੈ। ਤੇ ਇਨ ਕੇਸ ਉਹਦੇ ਚ ਸਾਡਾ ਨਹੀਂ ਹੁੰਦਾ, ਉਹ ਚ ਕਿੰਨੇ ਪਰਸੈਂਟ ਚਾਂਸਿਸ ਹੈ? ਐਂਡ ਇਨ ਕੇਸ ਨਹੀਂ ਹੁੰਦਾ ਤੇ ਫਰਦਰ ਕੀ ਹੋ ਸਕਦਾ ਫਿਰ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਪਹਿਲੀ ਗੱਲ, ਕਿਸੇ ਚੰਗੇ ਵਕੀਲ ਨੂੰ ਲੈ ਕੇ ਤਾਂ ਆਪਣੇ ਨਾਲ ਚਲਾ ਜਾਣਾ, ਚਾਂਸਿਸ ਦੇਣਗੇ ਤੁਹਾਡਾ ਹੋ ਜਾਣਾ ਚਾਹੀਦਾ। ਅਗਰ ਕਿਸੇ ਵਜ੍ਹਾ ਨਾਲ ਤੁਹਾਡਾ ਕੇਸ ਕੋਰਟ ਚੋਂ ਨਹੀਂ ਹੋ ਗਿਆ, ਇਹ ਜਿਸ ਕੋਰਟ ਦੇ ਵਿੱਚ ਤੁਸੀਂ ਜਾ ਰਹੇ ਹੋ ਇਸ ਨੂੰ ਫਸਟ ਟ੍ਰਾਈਬਿਊਨਲ ਕਹਿੰਦੇ ਨੇ, ਇਸ ਤੋਂ ਬਾਅਦ ਇੱਕ ਅਪਰ ਟ੍ਰਾਈਬਿਊਨਲ ਆ, ਤੁਸੀਂ ਉਸ ਦੇ ਵਿੱਚ ਵੀ ਜਾ ਸਕਦੇ ਹੋ। ਅਗਰ ਉੱਥੋਂ ਵੀ ਤੁਹਾਡਾ ਕੇਸ ਨਾ ਹੋ ਜਾਏ ਤਾਂ ਤੁਸੀਂ ਇਸ ਨੂੰ ਹਾਈ ਕੋਰਟ ਵਿੱਚ ਹੀ ਲੈ ਜਾ ਸਕਦੇ ਹੋ। ਲੇਕਿਨ ਜ਼ਿਆਦਾ ਬਿਹਤਰ ਹੈ ਜਿਹੜਾ ਹੁਣ ਤੁਹਾਡੀ ਡੇਟ ਆਈ ਹੈ ਇਸ 'ਤੇ ਕਿਸੇ ਚੰਗੇ ਬੈਰਿਸਟਰ ਨੂੰ ਲੈ ਕੇ ਅਤੇ ਕੋਰਟ ਹੀ ਚਲੇ ਜਾਓ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ। ਜੀ ਹੈਲੋ। ਜੀ ਹੈਲੋ। ਜੀ ਤੁਸੀਂ ਗੱਲ ਕਰੋ। ਜੀ ਜੀ ਮੇਰੀ ਉਹ ਕਾਲ ਪਹਿਲੇ ਡ੍ਰੌਪ ਹੋ ਗਈ ਸੀ, ਮੈਂ ਉਹ ਬਤਾ ਰਿਹਾ ਥਾ ਕਿ ਮੇਰੀ ਵਾਈਫ ਅਭੀ 18,600 ਕਮਾ ਰਹੀ ਹੈ, ਤੋ ਮੈਂ ਇਹ ਸੋਚ ਰਿਹਾ ਹੂੰ ਵਾਪਸ ਜਾਣੇ ਕਾ, ਮੈਂ ਸੋਚ ਰਿਹਾ ਹੂੰ ਕਿ ਵਹਾਂ ਸੇ ਐਂਟਰੀ ਕਲੀਅਰੈਂਸ ਲੈ ਕੇ ਆਊਂ। ਲੇਕਿਨ ਕੁਛ ਲੋਕ ਕਹਿ ਰਹੇ ਕਿ ਅਗਰ ਆਪ ਵਾਪਸ ਜਾਓਗੇ ਤੋ ਆਪਕੋ ਇੱਕ ਸਾਲ ਕਾ ਬੈਨ ਕਰ ਦੇਂਗੇ, ਕਿਉਂਕਿ ਮੈਂ ਯਹਾਂ ਪੇ ਓਵਰ ਸਟੇ ਹੂੰ। ਜੀ ਔਰ ਮੁਝੇ ਯੇ ਪੁੱਛਣਾ ਹੈ ਕਿ ਮੇਰੀ ਵਾਈਫ ਦੋ ਜੋਬ ਕਰ ਰਹੀ ਸੀ ਜਿਸ ਮੇ ਸੇ ਇੱਕ ਉਸਨੇ ਛੋੜ ਦਿਆ, ਫਿਰ ਵੀ ਨਹੀਂ ਚਾਹ ਸੇ ਵੀ 18,600 ਕਮਾ ਰਹੀ ਹੈ, ਤੋ ਯੇ ਦੇਖਣਾ ਹੈ। ਜੀ ਆਪਕੀ ਕਾਲ ਕਾ ਸ਼ੁਕਰੀਆ। ਪਹਿਲੇ ਦੁਬਾਰਾ 6 ਮੰਥ ਕੇ ਲਈ ਕਰਨਾ ਪੜੇਗਾ ਕਿ ਵਹਾਂ ਪੇ? ਦੋ ਬਾਤੇਂ, ਪਹਿਲੀ ਬਾਤ ਯੇ ਕਿ ਆਪਕੋ ਏਕ ਸਾਲ ਕੀ ਬੈਨ ਨਹੀਂ ਲਗੇਗੀ, ਕਿਉਂਕਿ ਜੋ ਮੈਰਿਜ ਕੇ ਬੇਸ ਪੇ ਐਪਲੀਕੇਸ਼ਨ ਕਰਤੇ ਹੈ ਉਨਕੋ ਏਕ ਸਾਲ ਕੀ ਬੈਨ ਨਹੀਂ ਹੋਤੀ ਹੈ। ਅਲਬਤਾ ਫਿਰ ਯੇ ਹੈ ਕਿ ਉਸਮੇ ਇਮੀਗ੍ਰੇਸ਼ਨ ਵਾਲੇ ਬਾਜ਼ੂਕਾਤ ਯੇ ਵਹਾਂ ਸੇ ਪਲੀ ਉਠਾਤੇ ਹੈ ਕਿ ਜੀ ਆਪਕਾ ਜੋ ਪਰਪਸ ਬੇਸਿਕ ਪਰਪਸ ਹੈ ਵੋ ਵਹਾਂ ਜਾ ਕੇ ਸੈਟਲ ਹੋਣਾ, ਇਸੀ ਵਜ੍ਹਾ ਸੇ ਆਪਨੇ ਸ਼ਾਦੀ ਕੀ ਥੀ, ਯੇ ਏਕ ਪੁਆਇੰਟ ਉਠਾ ਸਕਤੇ ਹੈ। ਲੇਕਿਨ ਆਪਕੋ ਏਕ ਸਾਲ ਵੇਟ ਨਹੀਂ ਕਰਨਾ ਪੜੇਗਾ, ਆਪ ਜਾ ਕੇ ਐਪਲੀਕੇਸ਼ਨ ਕਰ ਸਕੇਂਗੇ। ਉਸਮੇ ਯੇ ਦੇਖੇਂਗੇ ਕਿ ਪਿਛਲੇ 6 ਮਹੀਨੇ ਸੇ ਆਪਕੀ ਜੋ ਇਨਕਮ ਏਕ ਆਪਕੀ ਵਾਈਫ ਏਕ ਹੀ ਐਮਪਲਾਇਰ ਕੇ ਸਾਥ ਕਾਮ ਕਰ ਰਹੀ ਹੈ ਔਰ ਇਨਕਮ 1550 ਪਾਉਂਡ ਪਰ ਮੰਥ ਸੇ ਜ਼ਿਆਦਾ ਹੈ, ਇੱਕ ਐਮਪਲਾਇਰ ਕੇ ਸਾਥ 6 ਮਹੀਨੇ ਸੇ ਜ਼ਿਆਦਾ, ਤੋ ਫਿਰ ਆਪ ਐਪਲੀਕੇਸ਼ਨ ਵਹਾਂ ਸੇ ਜਾ ਕੇ ਕਰ ਸਕਤੇ ਹੈ। ਕਾਲ ਕਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ। ਜੀ ਹੈਲੋ। ਜੀ ਜੀ ਤੁਸੀਂ ਗੱਲ ਕਰੋ। ਜੀ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਪਤਾ ਕਰਨਾ ਹੈ ਮਲਿਕ ਸਾਹਿਬ? ਆਪਾਂ ਟੀਅਰ 4 ਵੀਜ਼ੇ ਤੇ ਆ। ਠੀਕ ਹੈ। ਹਾਂਜੀ ਆਪਾਂ ਤੁਸੀਂ ਟੈਲੀਫੋਨ ਤੇ ਗੱਲ ਕਰੋ। ਨੈਕਸਟ ਦਿਸ ਮੰਥ ਆਪਣਾ ਐਕਸਪਾਇਰ ਹੋ, ਸੋਰੀ ਨੈਕਸਟ ਮੰਥ ਐਕਸਪਾਇਰ ਹੋ ਜਾਣਾ ਆਪਣਾ। ਠੀਕ ਹੈ। ਤੇ ਪਤਾ ਕਰਨਾ ਵੀ ਹੁਣ ਕੀ ਹੋ ਸਕਦਾ ਆਪਣਾ? ਤੁਹਾਨੂੰ ਆਏ ਨੇ ਕਿੰਨਾ ਅਰਸਾ ਹੋ ਗਿਆ? 4 ਸਾਲ ਹੋ ਗਏ। ਤੇ ਇਕੱਲੇ ਵੀ ਹੈ ਨਾਲ ਨਾਲ ਕੋਈ ਫੈਮਿਲੀ ਵੀ ਹੈ? ਵਾਈਫ ਹੈ ਤੇ ਮੇਰਾ ਬੇਟਾ ਹੈ। ਤੇ ਬੇਟੇ ਨੂੰ ਕਿੰਨਾ ਅਰਸਾ ਹੋ ਗਿਆ? 3 ਸਾਲ। ਤੇ ਕੋਈ ਡਿਗਰੀ ਵਗੈਰਾ ਤੇ ਨੀ ਅਜੇ ਲਿੱਤੀ ਹੈ? ਡਿਗਰੀ ਲੈ ਲਈ ਹੈ ਜੀ। ਡਿਗਰੀ ਮਿਲ ਗਈ ਹੈ? ਹਾਂਜੀ ਜੀ। ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਤੁਹਾਡੀ ਡਿਗਰੀ ਮਿਲ ਗਈ ਹੈ ਫਿਰ ਇੱਕ ਤਾਂ ਤੁਹਾਡੇ ਕੋਲ ਇਹ ਆਪਸ਼ਨ ਹੈ ਕਿ ਅਗਰ ਕੋਈ ਇੰਪਲਾਇਰ ਤੁਹਾਨੂੰ ਇੱਥੋਂ ਵਰਕ ਪਰਮਿਟ ਦੇਣਾ ਚਾਹੇ ਤੇ ਤੁਸੀਂ ਆਪਣਾ ਜਿਹੜਾ ਵੀਜ਼ਾ ਹੈ ਉਹ ਤੁਸੀਂ ਸਟੂਡੈਂਟ ਤੋਂ ਵਰਕ ਪਰਮਿਟ ਦੇ ਉੱਪਰ ਚੇਂਜ ਕਰ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ। ਇੱਕ ਤਾਂ ਤੁਹਾਡੇ ਕੋਲ ਆਪਸ਼ਨ ਹੈ। ਦੂਸਰਾ ਇਹ ਹੈ ਕਿ ਅਗਰ ਤੁਸੀਂ ਕੰਟੀਨਿਊ ਰੱਖਣਾ ਚਾਹੁੰਦੇ ਹੋ ਐਜ਼ ਅ ਸਟੂਡੈਂਟ ਉਹ ਵੀ ਤੁਸੀਂ ਕੰਟੀਨਿਊ ਰੱਖ ਸਕਦੇ ਹੋ 5 ਸਾਲ ਤੱਕ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ। ਜੀ ਹਾਂਜੀ ਸਰ, ਮੇਰਾ ਇਹ ਸਵਾਲ ਹੈ ਕਿ 7 ਈਅਰ ਪਾਲਿਸੀ ਤੇ ਹਮੇ 2.5 ਸਾਲ ਕਾ ਵੀਜ਼ਾ ਮਿਲਾ, ਤੋ ਹਮਨੇ ਬੈਨੀਫਿਟ ਕੀ ਇਜਾਜ਼ਤ ਨਹੀਂ ਥੀ, ਤੋ ਉਸਕੇ ਲਈ ਸਪਲਾਈ ਕੀਆ ਹੈ ਕਿ ਹਮੇ ਵੋ ਰਿਸਟ੍ਰਿਕਸ਼ਨ ਹਟਾਈ ਜਾਏ, ਆਪ ਯੇ ਵੀ ਬਤਾਏ ਕਿਤਨੇ ਚਾਂਸ ਹੈ? ਔਰ ਸੈਕਿੰਡ ਬਾਤ ਯੇ ਵੀ ਬਤਾਏ ਕਿ ਇਹ ਜੋ ਸੁਣਾ ਥਾ ਇਨਡੈਫੀਨੇਟ ਦੀਆ ਜਾਏ, ਤੋ ਆਪਕਾ ਐਕਸਪੀਰੀਅੰਸ ਕਿਆ ਕਹਿਤਾ ਹੈ? ਕਬ ਤੱਕ ਉਹ ਇਸ ਚੀਜ਼ ਕਾ ਕੋਈ ਫੈਸਲਾ ਕਰੇਂਗੇ ਔਰ ਉਨਕੋ ਕਰਨਾ ਹੈ ਹਰ ਹਾਲ ਮੇ ਯਾ ਵੋ ਇਸਕੋ ਇਗਨੋਰ ਹੀ ਕਰ ਜਾਏਂਗੇ? ਜੀ ਆਪਕੀ ਕਾਲ ਕਾ ਸ਼ੁਕਰੀਆ। ਪਹਿਲੀ ਬਾਤ ਯੇ ਕਿ ਇਸ ਤੇ ਵੀ ਵੋ ਬੈਨੀਫਿਟਸ ਨਹੀਂ ਦੇ ਰਹੇ ਥੇ, ਤੋ ਇੱਕ ਕੇਸ ਕੋਰਟ ਆਫ ਅਪੀਲ ਮੇ ਗਿਆ, ਤੋ ਵਹਾਂ ਸੇ ਫਿਰ ਫੈਸਲਾ ਆ ਗਿਆ ਕਿ ਜੋ ਡਿਸਕਸ਼ਨ ਜਿਨਕੋ ਯਹਾਂ ਪੇ 7 ਸਾਲ ਪੂਰੇ ਹੋ ਜਾਏ ਉਨਕੋ ਜੋ ਸਟੇ ਮਿਲੇ ਤੋ ਵੋ ਬੈਨੀਫਿਟਸ ਲੈ ਸਕਤੇ ਹੈਂ, ਯੇ ਕੋਰਟ ਆਫ ਅਪੀਲ ਕਾ ਡਿਸੀਜਨ ਆ ਗਿਆ, ਉਸਕੇ ਬਾਅਦ ਆਪ ਵਹਾਂ ਸੇ ਡੈਫੀਨੇਟਲੀ ਆਪਕੋ ਬੈਨੀਫਿਟਸ ਕੀ ਪਰਮਿਸ਼ਨ ਦੇ ਦੇਂਗੇ। ਦੂਸਰੀ ਬਾਤ, ਇਸ ਬਾਤ ਕੋ ਵੀ ਚੈਲੇਂਜ ਕੀਆ ਗਿਆ ਥਾ ਕਿ ਜੋ ਲੋ ਬੱਚੇ 7 ਸਾਲ ਯਹਾਂ ਪੇ ਗੁਜ਼ਾਰੇ ਉਨਕੋ ਪਹਿਲੇ 3 ਸਾਲ ਕਾ ਸਟੇ ਮਿਲਦਾ ਥਾ, ਅਬ 2.5 ਸਾਲ ਕਾ ਮਿਲਤਾ ਹੈ, ਯੇ ਲੀਗਲ ਹੈ ਕਿ ਨਹੀਂ? ਤੋ ਇਸਕੋ ਵੀ ਕੋਰਟ ਆਫ ਅਪੀਲ ਨੇ ਕਹਾ ਥਾ ਕਿ 2.5 ਸਾਲ ਕਾ ਨਾ ਦੇ, ਇਸਕਾ ਮਤਲਬ ਯੇ ਥਾ ਕਿ ਇਨਕੋ ਪਰਮਨੈਂਟ ਸਟੇ ਮਿਲਣਾ ਚਾਹੀਏ। ਉਸ
ہمارا فیملی کیسے کہ ہم فیملی آئے تھے, میری مدر میرا برادر, تو دو تین دن ویزا ایکسپائر ہو گیا تھا اور پھر مجھے اپیل پہ بھیج دیا, انہوں نے اپیل ہے تو اب سائننگ جاری تھی, تو لاسٹ ڈے جو انہوں نے مجھے فنگر پرنٹ اور فوٹو وغیرہ میرے لیے, تو اپریل کی 7th ہنگری ڈیٹ اب برمنگھم, تو آپ مجھے ایڈوائز دے سکتے ہیں کہ یہ فوٹو وغیرہ یا فنگر پرنٹ یہ کیوں لیے انہوں نے؟ جی آپ کی کال کا شکریہ. اصل میں پہلے تو آپ کے دو ہیں, جب تک تو آپ کا کیس دو اس کے پہلو ہیں, پہلا یہ کہ جب تک آپ کا کیس چلتا ہے تب تک آپ کو کچھ نہیں کر سکیں گے, لیکن دوسری طرف یہ خود بھی تیار رہتے ہیں, آپ کا ٹریول ڈاکومنٹ وغیرہ بنوا کر رکھ لیتے ہیں تاکہ آپ کو کیس ریفیوز ہو جائے تو آپ کو واپس بھیجنا چاہیں تو آپ کو واپس بھیج سکیں گے, اس وجہ سے وہ فوٹو وغیرہ لے کر آپ کا ٹریول ڈاکومنٹ بنانے کی کوشش کرتے ہیں, لیکن میک شور کریں کہ آپ کا کیس یا آپ کی اپیل چل رہی ہو, جب تک آپ کا کیس یا آپ کی اپیل یا آپ کا عدالت میں کیس چل رہا ہے اس وقت تک یہ آپ کو پھر واپس نہیں بھیج سکتے ہیں. کال کا شکریہ, دیکھتے ہیں سر سارے نیکسٹ کالر کون ہے. جی ہلو جی, تسی گل کرو جی. ہلو جی, ہلو ملک صاحب. ہلو جی, ہاں جی ملک صاحب, پہلے میں نے فون کیا تھا, میں نے مجھے پتا میری کال ڈراپ ہوگی, مجھے پتا سنا نہیں, میں نے پوچھا میرا پارٹنر برٹش ہے, میری ڈاٹر بھی برٹش ہے, کیا میں یہاں سے اپلائی کروں کہ میں بیک ٹو جا کے ہوم کنٹری سے کر کے آؤں, کیونکہ میرا میں اوور اسٹے ہوں ادھر. جی پلیز مجھے بتا سکتے ہیں؟ جی آپ کی کال کا شکریہ. اگر تو آپ کی مسز کی انکم 18,600 پاؤنڈ سے زیادہ ہے تو وہ آپ سے شادی کر لیتی ہیں تو پھر واپس جا کر اپلائی کریں, وہ آپ کے لیے زیادہ بہتر رہے گا. یہاں سے بھی اگر کوشش کرنا چاہیں تو ہیومن رائٹس میں آپ اپلیکیشن بیٹے کی بیس بچے کی بیس پہ ڈال سکتے ہیں. کال کا شکریہ, دیکھتے ہیں ودیا نیکسٹ کالر وال. جی ہلو جی, ہلو جی, ہلو ہاں جی مسٹر ملک. جی ہاں جی مسٹر ملک, دو کوشچن ہے آپ نے, پلیز اگر ان کا جواب دے سکتا ہوں. پہلے تو جیسے 18,600 کا ہے, شادی ہوئی تھی 2 سال پہلے, تو جانا چاہتا تھا کہ وہ 18,600 وہ سپریم کورٹ میں ابھی چل رہا ہے کہ نہیں چل رہا. اور سیکنڈ تھنگ ہے کہ پہلے جو میری جاب تھی 18,600 سے کم تھی, لیکن ابھی 2 ویک. جی آپ کی کال کا, جی آپ کی کال کا شکریہ. اصل میں پروگرام کا ٹائم ختم ہو جاتا ہے. پہلی بات یہ کہ 18,600 کا قانون بالکل ہے اور وہ یہی رہے گا, آخر میں سلسلے میں ڈیسیجن آ گیا تھا کورٹ آف اپیل کا, تو 18,600 ہی برقرار رہے گا. اس کے نال ساڈے جڑا پروگرام دا ویلا سی ہن ختم ہو رہا ہے, تو اگر تاڈی کال کسی وجہ دے نال نہ مل سکی ہو تو اگلے سیٹرڈے کی 7 بجے میں اتھے ہوں گا, اس وقت تک مینوں اجازت دیو, رب رکھا.